ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਗੁਰਜੀਤ ਸਿੰਘ ਅਤੇ ਇੱਕ ਵਾਰ ਫਿਰ ਤੋਂ ਵੈਲਕਮ ਹੈ ਜੀ ਮੇਰੇ ਯੂਟਿਊਬ ਚੈਨਲ ਦੇ ਉੱਤੇ ਐਂਡ ਵਲੋਗ ਗੇੜੀ ਵਿਦ ਗੁਰਜੀਤ ਲੈ ਕੇ ਮੈਂ ਫਿਰ ਤੋਂ ਹਾਜ਼ਰ ਹਾਂ। ਸੋ ਅੱਜ ਆਪਾਂ ਗੇੜੀ ਲਾਉਣੀ ਹੈ ਜੀ ਇੱਕ ਇੱਦਾਂ ਦੀ ਪਰਸਨੈਲਿਟੀ ਦੇ ਨਾਲ ਜਿਨ੍ਹਾਂ ਬਾਰੇ ਮੈਂ ਕਹਿ ਸਕਦਾ ਕਿ ਜੇ ਪੰਜਾਬੀ ਫਿਲਮਾਂ ਆਪਣੀਆਂ ਸ਼ੂਟ ਹੁੰਦੀਆਂ ਨੇ ਤਾਂ ਮੋਰ ਦੈਨ 90% ਫਿਲਮਾਂ ਦਾ ਉਹ ਹਿੱਸਾ ਨੇ ਜੀ, ਡਾਇਰੈਕਟਲੀ ਹੋਣ ਜਾਂ ਇਨਡਾਇਰੈਕਟਲੀ ਹੋਣ, ਪਰ ਉਹ ਆਪਣੀਆਂ ਪੰਜਾਬੀ ਫਿਲਮਾਂ ਨਾਲ ਜੁੜੇ ਹੋਏ ਨੇ। ਵੈਲ ਇੱਦਾਂ ਦੀ ਸ਼ਖਸੀਅਤ ਜਿਨ੍ਹਾਂ ਬਾਰੇ ਮੈਂ ਇਹ ਗੱਲ ਵੀ ਕਹਿੰਦੇ ਹੋਏ ਝਿਜਕਦਾ ਨਹੀਂ ਕਿ ਜੇ ਪੰਜਾਬੀ ਫਿਲਮਾਂ ਦੀ ਵਿਰਾਸਤ ਜੇ ਕਿਸੇ ਨੇ ਸਾਂਭੀ ਹੋਈ ਹੈ ਤਾਂ ਉਹ ਇਹਨਾਂ ਨੇ ਸਾਂਭੀ ਹੋਈ ਹੈ ਜਿਨ੍ਹਾਂ ਨਾਲ ਅੱਜ ਆਪਾਂ ਗੇੜੀ ਲਾਉਣੀ ਹੈ ਜੀ। ਸੋ ਬਹੁਤ ਹੀ ਪਿਆਰੇ ਇਨਸਾਨ ਨੇ, ਬਹੁਤ ਸੱਚੇ ਇਨਸਾਨ ਨੇ ਅਤੇ ਬੜੀ ਮਿਹਨਤ ਨਾਲ ਅੱਜ ਉਹਨਾਂ ਨੇ ਆਪਣਾ ਇਹ ਮੁਕਾਮ ਹਾਸਿਲ ਕੀਤਾ ਜੀ। ਪੰਜਾਬੀ ਫਿਲਮ ਇੰਡਸਟਰੀ ਵਿੱਚ ਸਿਨੇਮਾ ਲਵਰ ਨੇ, ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਨੇ ਜੀ ਉਹ। ਸੋ ਉਹਨਾਂ ਨਾਲ ਗੇੜੀ ਲਾਵਾਂਗੇ ਅਤੇ ਤੁਸੀਂ ਵੀ ਦੇਖਿਓ, ਇੰਜੋਏ ਕਰੋਗੇ ਅਤੇ ਆਪਾਂ ਨੂੰ ਮੇਰੇ ਖਿਆਲ 'ਚ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ ਉਹਨਾਂ ਨਾਲ ਬੈਠ ਕੇ, ਉਹਨਾਂ ਨਾਲ ਗੱਲਾਂ ਬਾਤਾਂ ਕਰਕੇ। ਲੈਟਸ ਕੈਚ ਅਪ ਵਿਦ ਸਾਡੀ ਪੰਜਾਬੀ ਫਿਲਮ ਇੰਡਸਟਰੀ ਦਾ ਜਰਨੈਲ, ਹਾਂਜੀ ਭਾਅ ਜੀ ਜਰਨੈਲ ਸਿੰਘ, ਆਓ ਜੀ ਉਹਨਾਂ ਨਾਲ ਮਿਲਦੇ ਹਾਂ। ਅਤੇ ਆਹ ਲਓ ਜੀ, ਆਹ ਸਾਰੇ ਬੇਲੀ ਮੇਰੇ ਸੁੱਤੇ ਪਏ ਨੇ ਹਾਲ ਤੱਕ, ਮੈਂ ਜਾਗੀ ਫਿਰਦਾ, ਪਿੱਛੇ ਆਟੋ ਵਾਲਾ ਵੀ ਵੇਟ ਕਰਦਾ ਵੀ ਕਦੋਂ ਇਸ ਸਾਈਡ 'ਤੇ ਹਟਣਗੇ। ਬਟ ਦਾ ਥਿੰਗ ਇਜ਼ ਕਿ ਮੇਰੀ ਜਿਹੜੀ ਟੀਮ ਹੈ, ਮੇਰੀ ਆਡੀਅੰਸ ਸੁੱਤੀ ਪਈ ਹੈ, ਕੀ ਕਰੀਏ ਕੀ ਕਰੀਏ ਕੀ ਕਰੀਏ, ਆਪਾਂ ਗੱਡੀ ਅੱਗੇ ਵਧਾਉਣ। ਆਹ ਬਾਈ ਜੀ ਵੀ ਆਹ ਮੂੰਹ ਮੋੜੀ ਫਿਰਦਾ, ਕਿੱਧਰ ਆ ਭਾਈ, ਓਏ ਹੋਏ, ਗਲੋਟ ਨਹੀਂ ਹੈ ਬਹੁਤ ਆਉਂਦਾ। ਚਲੋ ਕੋਈ ਨਹੀਂ, ਇਹਨੂੰ ਉਠਾਲਦੇ ਹਾਂ ਆਪਾਂ, ਕੈਮ ਜੇ ਕਰਦੇ ਹਾਂ, ਤੁਸੀਂ ਕੈਮ ਹੋ ਜਾਓ, ਆ ਜਾਓ ਫਿਰ ਆਪਾਂ ਗੇੜੀ ਲਾਈਏ। ਗੇੜੀ ਵਿਦ ਗੁਰਜੀਤ ਔਨ ਮਾਈ ਯੂਟਿਊਬ ਚੈਨਲ, ਸੀ ਯੂ, ਚੀਅਰਸ। ਭਾਈ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਆਓ ਜੀ ਆਓ, ਵੈਲਕਮ। ਮੈਂ ਕਿਹਾ ਜੀ ਗੱਡੀ 'ਚ ਵੈਲਕਮ ਕਰਦੇ ਹਾਂ ਅਤੇ ਲਿਆਓ ਜੀ ਇਹਦੇ ਨਾਲ, ਕਦੇ ਬੇਲੀ ਵੀ ਨੇ ਆਡੀਅੰਸ ਰੱਖੀ ਹੋਈ ਹੈ, ਥੋੜ੍ਹੀ ਸੁਸਤੀ ਪਾ ਰਹੇ ਹਾਂ ਦੋ ਕੁ ਜਣੇ। ਇਹ ਨਾਮ ਆਪਾਂ ਨੇ ਇੱਦਾਂ ਦੇ ਰੱਖੇ ਨਹੀਂ ਹੈਗੇ ਜਿਹਨੂੰ ਤੁਸੀਂ ਪਤੰਗਾ ਬਣਾਉਣਾ ਪਤੰਗਾ ਬੁਲਾ ਸਕਦੇ ਹੋ, ਮਾਣਕ ਤਾਂ ਮਾਣਕ ਵੀ ਆ, ਤਰਤਾਲੀ ਉਹ ਇੱਕੋ ਲੁਕੀ ਫਿਰਦਾ ਹੈ ਨਾ, ਮੈਂ ਆਡੀਅੰਸ ਦੀ ਕਮੀ। ਅਤੇ ਹੁਣ ਇੱਦਾਂ ਕਿ ਅੱਜ ਮੈਂ ਵਿਰਾਸਤ ਫਿਲਮ ਵਾਲੇ ਵਾਲੇ ਜਰਨੈਲ ਨਾਲ ਨਹੀਂ ਗੱਲ ਕਰਨੀ ਜ਼ਿਆਦਾ, ਮੈਂ ਕਰਨੀ ਆ ਜੀ ਜਗਪ੍ਰੀਤ ਭਾਅ ਜੀ ਦਾ ਭਰਾ, ਮੁੰਡਾ, ਦੋਸਤ, ਆਪਣੀ ਮਾਂ ਦਾ ਪੁੱਤ ਹੈ ਨਾ ਜਿਹੜਾ ਜਰਨੈਲ, ਆਪਣੇ ਬੱਚਿਆਂ ਦਾ ਪਿਓ ਜਿਹੜਾ ਹੈਗਾ ਜੀ, ਉਹ ਜਰਨੈਲ ਨਾਲ ਮੈਂ ਗੱਲ ਕਰਨੀ ਚਾਹੁੰਦਾ ਹੈ ਨਾ ਵੀ ਉਹ ਜਰਨੈਲ ਸਿੰਘ ਜੀ ਜਦੋਂ ਗੱਡੀ 'ਚ ਹੁੰਦੇ ਨੇ ਕੀ ਸੋਚਦੇ ਨੇ, ਇਕੱਲੇ ਹੁੰਦੇ ਨੇ ਕਿੱਥੇ ਜਾਂਦੇ ਨੇ ਘੁੰਮਣ, ਉੱਥੇ ਅੱਜ ਮੈਨੂੰ ਲੈ ਕੇ ਵੀ ਜਾਣਾ ਤੁਸੀਂ ਜੀ। ਜ਼ਰੂਰ ਜ਼ਰੂਰ, ਮੈਂ ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਮੈਂ ਜਦੋਂ ਗੱਡੀ, ਵੈਸੇ ਮੈਂ ਗੱਡੀ ਬਹੁਤ ਘੱਟ ਚਲਾਉਣਾ। ਅੱਛਾ ਜੀ। ਉਹ ਮੈਨੂੰ ਨਾ ਚਲਾਉਂਦਾ ਨੀਂਦ ਆ ਜਾਂਦੀ, ਅਤੇ ਦੂਸਰਾ ਨੂੰ ਲੋਕੇਸ਼ਨਾਂ ਹੀ ਦਿਖਦੀਆਂ ਹੁੰਦੀਆਂ ਨੇ, ਇਹ ਵੀ ਗੱਲ ਠੀਕ ਹੈ। ਮੈਨੂੰ ਲੱਗਦਾ ਕਿ ਵਰਲਡ ਦੀ ਸਭ ਤੋਂ ਜ਼ਿਆਦਾ ਜਿਹਨੂੰ ਕਹਿੰਦੇ ਨਾ ਕਿ ਇੰਟਰਟੇਨਿੰਗ ਜੋਬ, ਇਹ ਐਡਵੈਂਚਰ ਇਹ ਤਾਂ ਹੈ, ਐਡਵੈਂਚਰ ਕਹਿ ਸਕਦੇ ਹਾਂ ਆਪਾਂ ਇਹਨੂੰ। ਮੈਨੂੰ ਲੱਗਦਾ ਕਿ 50 ਤੋਂ ਵੱਧ ਮੁਲਕ ਟਰੈਵਲ ਕੀਤੇ ਹੋਏ ਨੇ, ਵਾਹ ਜੀ ਵਾਹ, ਸਿਰਫ ਪ੍ਰੋਡਕਸ਼ਨ ਦੇ ਬੇਸ। ਭਾਈ ਕਿੰਨੇ ਕੁ ਪਾਸਪੋਰਟ ਭਰ ਗਏ? ਤੀਜਾ ਲੱਗਿਆ ਆ ਹੁਣ, 60 ਪੇਜਾਂ ਵਾਲੀ ਕਾਪੀ ਪੜਨ ਵਾਲੀ ਹੈ ਮੇਰੀ। ਵਾਹ ਜੀ ਵਾਹ, ਠੀਕ। ਹੁਣ ਤੁਸੀਂ ਦੱਸਿਆ ਵੀ ਐਨੇ ਦੇਸ਼ ਘੁੰਮ ਚੁੱਕੇ ਹੋ, ਹਾਂਜੀ, ਤੇ ਵੱਖ-ਵੱਖ ਲੋਕੇਸ਼ਨਾਂ ਆਬਵੀਅਸਲੀ ਦੇਖੀਆਂ ਇੰਨੀਆਂ ਜ਼ਿਆਦਾ, ਵਰਲਡ ਆਲ ਓਵਰ ਵਰਲਡ ਜੀ। ਸਭ ਤੋਂ ਘੈਂਟ ਜਿਹੜੀ ਲੋਕੇਸ਼ਨ ਹੈ ਬਿਊਟੀਫੁਲ ਤੁਹਾਡੀਆਂ ਨਜ਼ਰਾਂ ਵਿੱਚ ਹੈ ਨਾ ਜੀ, ਤੇ ਉਹ ਕਿਹੜੀ ਸੀਗੀ ਤੇ ਕਿਉਂ ਸੀ ਤੁਹਾਡੇ ਅਕੋਰਡਿੰਗਲੀ? ਮੈਂ ਨਮੀਬੀਆ ਟਰੈਵਲ ਕਰ ਰਿਹਾ ਸੀ, ਸਾਊਥ ਅਫਰੀਕਾ ਦੇ ਨਾਲ ਉੱਪਰ ਪੈਂਦਾ, ਅਸੀਂ ਟਰੈਵਲ ਕਰ ਰਹੇ ਸੀ ਤੇ ਰੇਤ ਦੇ ਟਿੱਬੇ ਸੀਗੇ। ਹਾਂਜੀ। ਮੈਂ ਮੇਰੇ ਮਾਈਂਡ ਦੇ ਵਿੱਚ ਰੇਤ ਹੀ ਰੇਤ ਆ ਕਿ ਡੈਜ਼ਰਟ ਆ ਯਾਰ, ਕਿੱਧਰ ਚਲੇ ਜਾਂਦੇ, ਕੀ ਹੋਊਗਾ ਇੱਥੇ, ਰੇਤ ਹੀ ਹੋਊਗੀ ਦੂਰ ਤੱਕ। ਹਾਂਜੀ ਹਾਂ। ਇੱਕ ਟਿੱਬਾ ਚੜ ਕੇ ਖਤਮ ਕੀਤਾ ਤੇ ਬਲੂ ਸੀ, ਵਾਹ ਜੀ ਵਾਹ, ਅੱਛਾ, ਕੈਰੇਬੀਅਨ ਸੀ, ਕਿਆ ਕਮਾਲ ਦਾ ਵਿਊ, ਮਤਲਬ ਮੈਨੂੰ ਜਿੱਦਾਂ ਮਨ ਚੋਂ ਵਾਓ ਨਹੀਂ ਨਿਕਲਦਾ। ਹਾਂਜੀ ਹਾਂ ਹਾਂ। ਮੈਂ ਕਹਿੰਦਾ ਵਾਹ ਯਾਰ ਆ ਕਿੱਥੇ ਆ ਗਏ। ਅੱਛਾ ਜੀ। ਉਹ ਇਦਾਂ ਮਤਲਬ ਬਹੁਤ ਸੋਹਣੀ ਸਾਰੀਆਂ ਚੀਜ਼ਾਂ ਨੇ, ਮੈਂ ਇਸ ਕਰਕੇ ਮੈਂ ਇੱਕ ਚੀਜ਼ ਨਹੀਂ ਆਪਾਂ ਕਹਿ ਸਕਦੇ ਕਿ ਬਹੁਤ ਖੂਬਸੂਰਤ ਹੈ ਧਰਤੀ 'ਤੇ, ਜੇ ਵੇਖਿਆ ਜਾਵੇ ਐਂ ਤਾਂ ਫਿਰ ਬਿਊਟੀ ਵਾਈਜ਼ ਜੇ ਵੇਖਣਾ ਹੋਵੇ ਤਾਂ ਪੰਜਾਬ ਤੋਂ ਸੋਹਣਾ ਕੁਛ ਵੀ ਨਹੀਂ ਹੈਗਾ। ਇਹ ਤਾਂ ਗੱਲ ਸਹੀ ਹੈ, ਗੱਲ ਇੱਥੇ ਆ ਕੇ ਮੁੱਕਦੀ ਹੈਗੀ ਹੈ, ਮੇਲਾ ਲੁੱਟ ਲੈਂਦੇ ਆ। ਵਾਹ ਜੀ ਵਾਹ ਭਾਈ। ਹੁਣ ਇਹ ਆ ਵੀ ਇਹ ਤਾਂ ਵਰਲਡ ਵਾਈਡ ਆਪਾਂ ਗੱਲ ਵੀ ਹੋ ਗਈ ਹੈ ਨਾ ਕਿਹੜੀ ਕਿਹੜੀ ਜਗ੍ਹਾਵਾਂ ਨੇ, ਲੋਕਡਾਊਨ ਦੇ ਵਿੱਚ ਤੁਹਾਨੂੰ ਮੇਰੇ ਖਿਆਲ 'ਚ ਸਭ ਤੋਂ ਵੱਧ ਟਾਈਮ ਮਿਲਿਆ ਘਰੇ ਸਪੈਂਡ ਕਰਨ ਦਾ, ਜਿੱਦਾਂ ਸਾਰਿਆਂ ਨੂੰ ਮਿਲਿਆ ਤੁਹਾਨੂੰ ਵੀ ਉਦੋਂ ਹੀ ਮਿਲਿਆ? ਡੈਫੀਨੇਟਲੀ ਜੀ, ਡੈਫੀਨੇਟਲੀ। ਤੇ ਘਰ ਦੇ ਵਿੱਚ ਕਿਹੜੀ ਚੀਜ਼ ਤੁਸੀਂ ਡਿਸਕਵਰ ਕੀਤੀ, ਤੁਹਾਨੂੰ ਪਤਾ ਨਹੀਂ ਸੀਗਾ ਵੀ ਆਹ ਵੀ ਚੀਜ਼ ਘਰ 'ਚ ਹੋ ਰਹੀ ਹੈ ਬੱਚਿਆਂ ਵੱਲੋਂ ਜਾਂ ਫੈਮਿਲੀ ਵੱਲੋਂ ਕਿਸੇ ਵੱਲੋਂ ਵੀ, ਹੈ ਨਾ? ਇੱਕ ਚੀਜ਼ ਸਮਝ ਲੱਗੀ ਕਿ ਲੋਕ ਕਹਿੰਦੇ ਨੇ ਕਿ ਜਿਹੜੀ ਮਾਂ ਆ ਉਹ ਰੱਬ ਦਾ ਰੂਪ ਹੁੰਦੀ ਹੈ, ਹੈ ਨਾ? ਚਲੋ ਮੈਂ ਵੀ ਇਸ ਚੀਜ਼ ਨੂੰ ਮੰਨਦਾ, ਸਾਰੀ ਦੁਨੀਆ ਮੰਨਦੀ ਹੈ, ਮੰਨਣਾ ਹੀ ਪੈਣਾ, ਉਹ ਹੈ ਵੀ। ਬਿਲਕੁਲ ਬਿਲਕੁਲ। ਮੈਂ ਨਾ ਇੱਕ ਚੀਜ਼ ਵੇਖੀ ਕਿ ਮੇਰੀ ਵਾਈਫ ਮੇਰੇ ਨਿਆਣਿਆਂ ਨੂੰ ਇੱਕ ਐਗਜੈਕਟ ਟਾਈਮ 'ਤੇ ਉਠਾ ਦਿੰਦੀ ਸੀ, ਮੈਨੂੰ ਉਠਾਵੇ ਚਾਹੇ ਨਾ ਉਠਾਵੇ, ਉਠਾ ਕੇ ਸਭ ਤੋਂ ਪਹਿਲਾਂ ਜਿੱਦਾਂ ਦੁੱਧ ਦਾ ਗਲਾਸ ਦਿੱਤਾ, ਪੀਓ ਇਹਨੂੰ, ਉਹ ਨਹੀਂ ਸੀ ਪੀਂਦੇ, ਅਤੇ ਉਹਨਾਂ ਦੇ ਚਪੇੜਾਂ ਵੀ ਮਾਰਦੀਆਂ। ਅੱਛਾ। ਦੋ ਮਾਰਦੀਆਂ ਕੰਨਾਂ, ਮੇਰੀ ਮਾਤਾ ਨੇ ਆਉਣਾ ਕਿਉਂ ਮਾਰਦੀਆਂ? ਹਾਂਜੀ।
ਸੀ ਉਹਨੇ ਕਹਿਣਾ ਮੰਮੀ ਇਹ ਇੱਦਾਂ ਜੀ ਆਹ ਨਹੀਂ ਕਰਦੇ ਉਹ ਨਹੀਂ ਕਰਦੇ ਅੱਛਾ ਮੈਂ ਹਫ਼ਤਾ ਕੁ ਮੈਂ ਨਾ ਇਸ ਚੀਜ਼ ਨੂੰ ਵਾਚ ਕੀਤਾ ਹਾਂਜੀ ਫਿਰ ਉਹਨਾਂ ਨੇ ਟਾਈਮ ਸਿਰ ਸੌਣਾ ਸੌ ਜਾਓ ਹੁਣ ਅੱਛਾ ਉਹਨਾਂ ਨੂੰ ਨੀਂਦ ਵੀ ਨਹੀਂ ਆ ਰਹੀ ਹਾਂ ਬਟ ਉਹ ਸੌਂ ਜਾਂਦੇ ਸੌਣਾ ਜ਼ਬਰਦਸਤੀ ਠੀਕ ਹੈ ਸੌਣ ਤੋਂ ਬਾਅਦ ਉਹਨਾਂ ਨੇ ਅੱਧੀ ਨੀਂਦ ਹੀ ਠਾ ਦੇਣਾ ਹਾਂ ਪੂਰੀ ਨੀਂਦ ਵੀ ਨਹੀਂ ਪੂਰੀ ਕਰਨ ਦੇਣੀ ਅੱਛਾ ਜੀ ਉੱਠ ਜਾਣ ਹਾਂ ਉੱਠ ਕੇ ਰੋਟੀ ਖਵਾਉਣੀ ਮਤਲਬ ਇੱਦਾਂ ਦੀਆਂ ਚੀਜ਼ਾਂ ਨੂੰ ਮੈਂ 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 ਇਹ ਸੋਚਿਆ ਕਿ ਆਹ ਆ ਅਸਲ ਅਸਲ ਰੱਬ ਧਰਤੀ ਉੱਤੇ ਹੁਣ ਮੇਰੇ ਮੁੰਡੇ ਦੀ ਆਦਤ ਹੈ ਵੀ ਮੇਰੇ ਮੁੰਡੇ ਦਾ ਨਾਂ ਜ਼ੋਰਾਵਰ ਸਿੰਘ ਆ ਹਾਂਜੀ ਉਹਦੀ ਆਦਤ ਹੈ ਉਹਨੇ ਉੱਠਣਾ ਤੇ ਆ ਕੇ ਨਾ ਮੇਰੀ ਦਾੜੀ ਨੂੰ ਐਂ ਫੜ ਲੈਣਾ ਆਹ ਦਾੜੀ ਆਹ ਲਾ ਲਈ ਤੁਹਾਡੀ ਦਾੜੀ ਮੈਂ ਅੱਛਾ ਜੀ ਆ ਕੇ ਤਾਂ ਆਪਣੇ ਐਂ ਕਰ ਲੈਣਾ ਮੁੱਛਾਂ ਤੁਹਾਡੀਆਂ ਲਾ ਲਈਆਂ ਮੈਂ ਅੱਛਾ ਜੀ ਮੁੱਛਾਂ ਲਾ ਲਈਆਂ ਮੇਰੇ ਮੁੱਛਾਂ ਆ ਗਈਆਂ ਉਹ ਮਤਲਬ ਚੀਜ਼ਾਂ ਇੰਜੋਏ ਕਰ ਰਹੇ ਇੰਜੋਏ ਕਰਦੇ ਨੇ ਵਾਕੇ ਵਾਕੇ ਹੁਣ ਮੇਰੀ ਗੁੜੀਆ ਆ ਉਹਦਾ ਆਪਣਾ ਸਿਸਟਮ ਹੈ ਠੀਕ ਹੈ ਕੁੜੀ ਆ ਉਹਨਾਂ ਦਾ ਸੁਭਾਅ ਥੋੜਾ ਜਿਹਾ ਉਦਾਂ ਦਾ ਮੈਂ ਤੁਹਾਡੇ ਲਈ ਕੀ ਬਣਾ ਕੇ ਲਿਆਵਾਂ ਹਾਂ ਉਹ ਉਹ ਐਵੇਂ ਚਾਰ ਪੰਜ ਖਡਾਉਣੇ ਥਾਲੀ 'ਚ ਰੱਖ ਕੇ ਲਿਆਉਗੇ ਤੁਹਾਡੀ ਮੈਂ ਸਬਜ਼ੀ ਬਣਾਈ ਆ ਅੱਛਾ ਜੀ ਖਾਓ ਇਹਨੂੰ ਮਤਲਬ ਉਹ ਚੀਜ਼ਾਂ ਜਿਹੜੀਆਂ ਨੇ ਅੱਛਾ ਚੰਡੀਗੜ੍ਹ ਜਾਂ ਮੋਹਾਲੀ ਇੱਥੇ ਲੋਕਲੀ ਜਦੋਂ ਤੁਸੀਂ ਹੁੰਦੇ ਹੋ ਹੁਣ ਆਪਾਂ ਚਲੋ ਚੰਡੀਗੜ੍ਹ ਵੱਲ ਤੁਰ ਪਏ ਹਾਂ ਤਾਂ ਇੱਥੇ ਕਿੱਥੇ ਕਿੱਥੇ ਤੁਸੀਂ ਜਾਣਾ ਵੱਲ ਜਦੋਂ ਇਕੱਲੇ ਗੱਡੀ 'ਚ ਹੁੰਦੇ ਹੋ ਕਈ ਵਾਰ ਵੈਸੇ ਹੀ ਮਨ ਕਰਦਾ ਯਾਰ ਰਿਲੈਕਸ ਹੋਵਾਂ ਮੈਂ ਮੜ ਜਾ ਫਿਰ ਕਿੱਥੇ ਕੁ ਜਾਂਦੇ ਹੋ ਦੇਖੋ ਮੈਨੂੰ ਸ਼ਾਂਤੀ ਮਿਲਦੀ ਗੁਰਦੁਆਰਾ ਅੰਬ ਸਾਹਿਬ ਜਾ ਕੇ ਵਾਜੀ ਵਾ ਮੈਂ ਕਦੀ ਵਿਹਲਾ ਹੋਵਾਂ ਜਾਂ ਮੈਨੂੰ ਟਾਈਮ ਹੋਵੇ ਠੀਕ ਹੈ ਕਿਉਂਕਿ ਮੈਂ ਬਚਪਨ ਉੱਥੇ ਗੁਜ਼ਾਰਿਆ ਬਹੁਤ ਆਪਣਾ ਜੀ ਇੱਧਰਲੇ ਸਾਈਡ ਤਾਂ ਮੋਹਾਲੀ ਦੀ ਗੱਲ ਹੋ ਗਈ ਆਪਾਂ ਚੱਲਾਂਗੇ ਅੱਜ ਉੱਥੇ ਵੀ ਅੰਬ ਸਾਹਿਬ ਵੀ ਹੈ ਨਾ ਜਾਂਦੇ ਹਾਂ ਦਰਸ਼ਨ ਕਰਾਂਗੇ ਨਾਲੇ ਚੰਡੀਗੜ੍ਹ ਮੈਨੂੰ ਨਾ ਜੀ ਮੈਨੂੰ ਲਹਿਰ ਵੈਲੀ ਵਾਲੀ ਸਾਈਡ ਜਿਹੜੀ ਆ ਨਾ ਉਹ ਬਹੁਤ ਸੋਹਣੀ ਲੱਗਦੀ ਹੈ ਅਤੇ ਭਾਈ ਗੇੜੀ ਗੁੜੀ ਮਤਲਬ ਬੇਸ਼ੱਕ ਕਿਤੇ ਵੀ ਜਾਂਦਾ ਆਪਣਿਆਂ ਵੱਲ ਹੀ ਜਾਂਦਾ ਬੰਦਾ ਕਿ ਨਹੀਂ ਕਿ ਗੇੜੀ ਰੂਟ ਜਾ ਉਹਦਾ ਆਪ ਦਾ ਹੁੰਦਾ ਹੀ ਆ ਕਾਲਜ ਸਕੂਲ ਲਾਈਫ 'ਚ ਖਾਸ ਤੌਰ 'ਤੇ ਤੁਹਾਡੇ ਵਿਹਲੀ ਹੁੰਦੇ ਸੀ ਨਾਲ ਜਾਂ ਕਦੇ ਗੇੜੀ ਲਾਈ ਇੱਦਾਂ ਸਾਈਕਲ ਹੀ ਸਮਝ ਲਓ ਆਪਣੇ ਕੋਲ ਸਾਈਕਲ ਹੋਵੇ ਸਕੂਲ 'ਚ ਹੈ ਨਾ ਸਾਈਕਲ 'ਤੇ ਹੀ ਬੰਦਾ ਤੁਰ ਪੈਂਦਾ ਕਈ ਵਾਰ ਤਾਂ ਮੈਂ ਦੱਸਦਾ ਕਿ ਮੈਂ ਪਹਿਲਾਂ ਤਾਂ ਪੜ੍ਹਿਆ ਬਹੁਤ ਨਹੀਂ ਮੈਂ ਨੌਵੀਂ ਤੋਂ ਬਾਅਦ ਪੜ੍ਹਨੋਂ ਹਟ ਗਿਆ ਸੀ ਅੱਛਾ ਜੀ ਨਾਈਨਥ ਸਟੈਂਡਰਡ ਦੇ ਵਿੱਚ ਮੈਂ ਛੱਡਤਾ ਸੀ ਸਕੂਲ ਉਸ ਤੋਂ ਬਾਅਦ ਸੋਚ ਉੱਦਾਂ ਦੀ ਸੀ ਘਰ ਦੇ ਹਾਲਾਤ ਉੱਦਾਂ ਦੇ ਸੀਗੇ ਮੇਰੇ ਸਰਕਲ ਦੇ ਜਿਹੜੇ ਦੋਸਤ ਨੇ ਮੇਰੇ ਮਿੱਤਰ ਨੇ ਹਾਂਜੀ ਉਹ ਨੇ ਜਿੱਦਾਂ ਮੀਨਾ ਭਾਅ ਜੀ ਨੇ ਜਾਂ ਮੇਰੇ ਉਸਤਾਦ ਜੀ ਜਿਹਨਾਂ ਕੋਲ ਮੈਂ ਗੱਤਕਾ ਸਿੱਖਿਆ ਜੀ ਜੀ ਉਹ ਹੋ ਗਈ ਆ ਸੁਹਾਣੇ ਹੌਸਪੀਟਲ ਦੇ ਸਰਕਲ ਦੇ ਬੰਦੇ ਨੇ ਸੋ ਉੱਥੇ ਹੀ ਰਹੇ ਨੇ ਉਹ ਤੋਂ ਬਾਅਦ ਜਦੋਂ ਮੈਂ ਪ੍ਰੋਪਰ ਫਿਲਮ ਲਾਈਨ 'ਚ ਆਇਆ ਫਿਰ ਇਹੋ ਜਿਹੀਆਂ ਗੇੜੀਆਂ ਵੱਜੀਆਂ ਮੇਰੀਆਂ ਗੇੜੀ ਕਹਿੰਦਾ ਗੇੜਾ ਹੀ ਬਣ ਗਿਆ ਫਿਰ ਤੇ ਸਹੀ ਗੱਲ ਕਹਿੰਦੇ ਗੇੜਾ ਹੀ ਹੋ ਗਿਆ ਫਿਰ ਤੇ ਦੁਨੀਆਂ ਦਾ ਕੋਈ ਕੋਣਾ ਨਹੀਂ ਛੱਡਿਆ ਮੈਂ ਘੁੰਮਣ ਲੱਗਿਆ ਪਰ ਉਹ ਕਾਲਜ ਜਾਂ ਸਕੂਲ ਵਾਲਾ ਸਿਸਟਮ ਜਿਹੜਾ ਉਹ ਮੇਰੀ ਲਾਈਫ 'ਚ ਉਹ ਮਿਸਿੰਗ ਆ ਉਹ ਹੈ ਨਹੀਂ ਕਿਉਂਕਿ ਮੈਂ ਪੜ੍ਹਿਆ ਨਹੀਂ ਅੱਗੇ ਤੇ ਮੈਂ ਤੁਸੀਂ ਹਾਲਾਂਕਿ ਗੇੜੀਆਂ ਨਹੀਂ ਲਾਈਆਂ ਪਰ ਚੰਗੇ ਵਾਲੇ ਪਾਸੇ ਤੁਰਦੇ ਰਹੇ ਹਮੇਸ਼ਾ ਨਹੀਂ ਬਿਲਕੁਲ ਜੀ ਗੱਤਕਾ ਗੱਤਕਾ ਗੱਤਕੇ ਬਾਰੇ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੂੰਗਾ ਹਾਂਜੀ ਗੱਤਕਾ ਜਿਹੜਾ ਆ ਬਿਕੋਜ਼ ਗੱਤਕਾ ਇਜ਼ ਅ ਡਿਸਟੈਂਸਟਿਵ ਮਾਰਸ਼ਲ ਆਰਟ ਆਫ ਪੰਜਾਬ ਜੀ ਇਜ਼ ਅ ਰਿਸਪੈਕਟਡ ਪਾਰਟ ਆਫ ਅਵਰ ਕਲਚਰ ਹੈਰੀਟੇਜ ਬਿਲਕੁਲ ਸਾਡੇ ਅਥਾਹ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਜਿਹਾ ਅੰਗ ਹੈ ਗੱਤਕਾ ਜੀ ਔਰ ਇਹਨੂੰ ਸਾਨੂੰ ਸਿੱਖਣ ਦੀ ਲੋੜ ਦੀ ਸਭ ਤੋਂ ਜਿਹੜੀ ਬਿਊਟੀਫੁਲ ਗੱਲ ਹਾਂ ਸਾਨੂੰ ਸਿੱਖਣ ਦੀ ਲੋੜ ਦੀ ਸਾਨੂੰ ਸਿਰਫ ਉਸ ਵੈਪਨ ਨੂੰ ਗ੍ਰਿਪ ਕਰਨਾ ਆਉਣਾ ਚਾਹੀਦਾ ਤਲਵਾਰ ਹੈ ਸਪੋਜ਼ ਕਰੋ ਹਾਂਜੀ ਜਾਂ ਕਿਰਪਾਨ ਹੈ ਉਹਨੂੰ ਗ੍ਰਿਪ ਕਰਦਾ ਆਉਣਾ ਚਾਹੀਦਾ ਗ੍ਰਿਪ ਕਰ ਲਿਆ ਸੀ ਹਾਂ ਅਤੇ ਉਹ ਵਿਦਇਨ 2-3 ਡੇਜ਼ ਆਪੇ ਚੱਲਣੀ ਲੱਗ ਕਿਉਂ ਕਿਉਂਕਿ ਇਹ ਸਾਡੀ ਜੀਨਸ ਵਿੱਚ ਆ ਜੀਨਸ ਵਿੱਚ ਹੈਗੀ ਆ ਸਾਨੂੰ ਇਹਨੂੰ ਸਿੱਖਣਾ ਨਹੀਂ ਪੈਂਦਾ ਇਹਨੂੰ ਐਕਟੀਵੇਟ ਕਰਨਾ ਪੈਂਦਾ ਨਾਲੇ ਆਪਣੀ ਸੇਫਟੀ ਵੀ ਹੈਗੀ ਹੈ ਇੱਥੇ ਹੈ ਨਾ ਆਪਣੇ ਡਿਫੈਂਸ ਦੇ ਤੌਰ ਤੇ ਇਹ ਡਿਫੈਂਸ ਹੀ ਹੈ ਜੀ ਗੱਤਕਾ ਵਰਡ ਹੀ ਡਿਫੈਂਸ ਦਾ ਆਪਣਾ ਹਾਂਜੀ ਹਾਂ ਪੂਰੇ ਨਜ਼ਾਰੇ ਲਿਆਉਂਦੇ ਪਏ ਨੇ ਦੇ ਵੀ ਆਰ ਜਰਨੈਲ ਭਾਈ ਦੇ ਨਾਲ ਅੱਜ ਹੁਣ ਅਸੀਂ ਪਹੁੰਚੇ ਲੈਜਰ ਵੈਲੀ ਸੈਕਟਰ 10 ਯੰਤਰ ਨੂੰ ਨਵਾਂ ਜਿਹਾ ਮੜ ਜਾ ਤੁਸੀਂ ਸਾਰੇ ਜਣੇ ਦੇਖਿਓ ਕਿਉਂਕਿ ਮੈਂ ਐਪਲੀਕੇਸ਼ਨ ਇਹਦੀ ਡਾਊਨਲੋਡ ਤਾਂ ਕੀਤੀ ਆ ਪਰ ਉਹਦੇ ਨਾਲ ਕਨੈਕਟ ਨਹੀਂ ਕੀਤਾ ਹਜੇ ਭਾਈ ਦਾ ਇਹ ਕੀ ਕਹਿੰਦੇ ਡੇ ਆਊਟ ਜਦੋਂ ਕਰਨਾ ਹੁੰਦਾ ਭਾਅ ਜੀ ਇੱਥੇ ਆਉਂਦੇ ਨੇ ਫਿਰ ਆਪਣਾ ਹੈ ਨਾ ਮੈਂ ਅੱਜ ਕਾਲਜ ਤੋਂ ਬਾਅਦ ਅੱਜ ਆਇਆ ਜੀ ਇੱਥੇ ਗਿਆਨੀ ਭਾਈ ਦਾ ਕੀ ਹਾਲ ਚਾਲ ਹੈ ਇੱਥੇ ਨਾ ਇੱਥੇ ਇੱਕ ਤੇ ਸ਼ਾਂਤੀ ਬਹੁਤ ਮਿਲਦੀ ਬਹਿ ਕੇ ਕਿਉਂਕਿ ਨੇਚਰ ਆ ਸਾਰੇ ਪਾਸੇ ਨੇਚਰ ਆ ਪਰ ਇੱਥੇ ਕਰੈਕਟਰ ਬਹੁਤ ਸੋਹਣੇ ਮਿਲਦੇ ਨੇ ਇੱਥੇ ਯੂਥ ਵੀ ਆਉਂਦਾ ਇੱਥੇ ਮਿਡਲ ਏਜ ਵਾਲੇ ਵੀ ਆਉਂਦੇ ਆ ਇਹ ਤਾਂ ਗੱਲ ਸਹੀ ਹੈ ਇਹ ਜਿਹੜਾ ਏਰੀਆ ਵਾ ਇੱਥੇ ਗੇੜੀ ਵੀ ਲੱਗਦੀ ਸਭ ਤੋਂ ਵੱਡੀ ਗੱਲ ਜੀ ਹਾਂ ਗੇੜੀ ਐਕਚੁਅਲੀ ਗੇੜੀ ਰੂਟ ਦਾ ਮੇਨ ਹਾਂ ਗੇੜੀ ਰੂਟ ਹੈ ਇੱਥੇ ਮਤਲਬ ਗੇੜੀ ਲੱਗਦੀ ਹੈ ਇੱਥੇ ਪੁਲਿਸ ਦੇ ਨਾਕੇ ਸਹੀ ਹੈ ਜੀ ਬੱਚੇ ਕਿੱਦਾਂ ਬਚ ਕੇ ਨਿਕਲਦੇ ਨੇ ਹਾਂ ਨਵੇਂ
ਮਤਲਬ ਅੱਜ ਤੋਂ 10-15 ਸਾਲ ਪਹਿਲਾਂ ਲੋਕ ਕਿੱਦਾਂ ਬਚਦੇ ਸੀ ਪੁਲਿਸ ਤੋਂ ਤੇ ਅੱਜ ਕਿੱਦਾਂ ਬਚਦੇ ਆ ਉਹ ਬਜ਼ੁਰਗ ਦੱਸਦੇ ਨੇ ਅੱਛਾ ਜਿਹੜੇ ਤੇ ਬੈਠੇ ਹੁੰਦੇ ਨੇ ਬਹਿ ਕੇ ਤੁਸੀਂ 2 ਮਿੰਟ ਥੱਕ ਗਏ ਹੋ ਤੇ ਨਾਲ ਹੀ ਤੁਹਾਡਾ ਟਰੈਕ ਬਣਿਆ ਹੋਇਆ ਤੁਸੀਂ ਘੁੰਮਣ ਨਿਕਲ ਘੁੰਮਣ ਨਿਕਲ ਸੈਰ ਕਰਨ ਨਿਕਲ ਉਧਰ ਤੁਹਾਨੂੰ ਥੋੜੇ ਹੋਰ ਕਰੈਕਟਰ ਮਿਲ ਜਾਂਦੇ ਨੇ ਐਗਜੈਕਟਲੀ ਜਿਹੜੇ ਲੋਕਾਂ ਦੇ ਸਾਹਮਣੇ ਤੁਸੀਂ ਸਮਝ ਸਕਦੇ ਲੋਕਾਂ ਦੇ ਸਾਹਮਣੇ ਨਹੀਂ ਆਉਣਾ ਨਹੀਂ ਆਉਣਾ ਜਿਹੜੇ ਲੋਕ ਕਹਿੰਦੇ ਨੇ ਇੱਧਰ ਉੱਧਰ ਉਹ ਦੇਖ ਜਾਂਦੇ ਨੇ ਉੱਧਰ ਉੱਧਰੋਂ ਦੇਖ ਜਾਂਦੇ ਹਰ ਪਾਸੇ ਕਰੈਕਟਰ ਹੀ ਕਰੈਕਟਰ ਦੇ ਇਹ ਤੁਹਾਡੀ ਗੱਲ ਵਾਕਈ ਸਹੀ ਹੈ ਇਹਦੇ ਕਰਕੇ ਮੈਨੂੰ ਇੱਥੇ ਆਉਣਾ ਬਹੁਤ ਚੰਗਾ ਲੱਗਦਾ ਨਹੀਂ ਦੈਟਸ ਟਰੂ ਤੇ ਇਹਦੀ ਆਪਣੀ ਰੰਗਤ ਹੈ ਜੀ ਲਾਈਜਰ ਵੈਲੀ ਹੁਣ ਆਪਾਂ ਭਾਅ ਜੀ ਨੂੰ ਪੁੱਛ ਲਏ ਵੀ ਖਾਣਾ ਪੀਣਾ ਕੀ ਹੈ ਇਹ ਹਾਂਜੀ ਭਾਅ ਜੀ ਕੀ ਛਕੋਗੇ ਭਾਅ ਜੀ ਕਾਫੀ ਲੈ ਲਾਂਗੇ ਭਾਅ ਜੀ ਜੇ ਮੈਂ ਕਹਾਂ ਵੀ ਨਹੀਂ ਮੈਂ ਚਾਹ ਪਿਲਾਉਂਗਾ ਫਿਰ ਚਾਹ ਪੀ ਲਾਂਗੇ ਫਿਰ ਆਪਣਾ ਫਸਲ ਵਾਲਾ ਕੰਮ ਤਾਂ ਰਿਹਾ ਹੀ ਨਹੀਂ ਜ਼ਿੰਦਗੀ 'ਚ ਕਿਉਂਕਿ ਮੈਂ ਚਾਹ ਸਪੈਸ਼ਲੀ ਲੈ ਕੇ ਆਇਆ ਘਰੋਂ ਬਣਾ ਕੇ ਬਾਬੇ ਆਪਾਂ ਗੱਡੀ 'ਚ ਪੀਂਦੇ ਸੋ ਜਸਪਿੰਦਰ ਦੀ ਚਾਹ ਉਹਨਾਂ ਦੀ ਬਣਾਈ ਹੋਈ ਉਹਨਾਂ ਨੇ ਕਿਹਾ ਵੀ ਨਾਲੇ ਮੈਂ ਦੱਸਿਆ ਸੀ ਮੈਂ ਭਾਅ ਜੀ ਥੋੜ੍ਹੇ ਕੱਲ੍ਹ ਤਬੀਅਤ ਥੋੜ੍ਹੀ ਜਿਹੀ ਖਰਾਬ ਸੀਗੀ ਅਤੇ ਉਹ ਕਹਿੰਦੇ ਫਿਰ ਮੈਂ ਚਾਹ ਨਹੀਂ ਆਪਾਂ ਗੱਡੀ ਨਾ ਗੱਡੀ 'ਚ ਹਾਂ ਸੋ ਆ ਜਾਓ ਜੀ ਮੈਂ ਹੁਣ ਇਟਸ ਟਾਈਮ ਫੋਰ ਜਸਪਿੰਦਰ ਦੀ ਚਾਹ ਸੈਗਮੈਂਟ ਨਹੀਂ ਹੈਗਾ ਕੋਈ ਅਤੇ ਸੋ ਲਾਈਜਰ ਵੈਲੀ ਜਿੱਦਾਂ ਕਿ ਭਾਈ ਨੇ ਦੱਸਿਆ ਕਿ ਇਹ ਸਪੋਟ ਐਕਚੁਅਲ ਗੇੜੀ ਰੂਟ ਜਿਹੜਾ ਸਪੋਟ ਹੈ ਜੀ ਉਹ ਲਾਈਜਰ ਵੈਲੀ ਹੈ ਅਤੇ ਇੱਥੇ ਸਕਿੱਡਾਂ ਵੀ ਵੱਜਦੀਆਂ ਦੇਖੀਆਂ ਨਾ ਗੱਡੀਆਂ ਗੁੱਡੀਆਂ ਦੀਆਂ ਪੂਰੀ ਰੌਣਕਾਂ ਲੱਗਦੀਆਂ ਉਹਨਾਂ ਨੇ ਯੂਥ ਦਾ ਪੂਰਾ ਮਨਪਸੰਦ ਏਰੀਆ ਜੀ ਪਹਿਲੀ ਗੱਡੀ ਦੇ ਉੱਤੇ ਜਿਹੜੇ ਕਹਿੰਦੇ ਟਿੱਕਾ ਲਾਉਣਾ ਕਿਸੇ ਨੇ ਗੇੜੀ ਦਾ ਉਹ ਇਹ ਸਪੋਟ 'ਤੇ ਲੱਗਦਾ ਜੀ ਆ ਕੇ ਸੋ ਇਹ ਹਾਲ ਹੈ ਤੁਹਾਨੂੰ ਦਿਖਾ ਦਿੰਦਾ ਸਾਰਾ ਇੱਧਰ ਉਹ ਪਿਛਲੀ ਸਾਈਡ 'ਤੇ ਹੈਗਾ ਜੀ ਆਪਣਾ ਆਰਟ ਕਾਲਜ ਇੱਥੇ ਕੋ ਵੀ ਹੁੰਦਾ ਸੀ ਆਈਫਲ ਟਾਵਰ ਦਾ ਉਹ ਹੈਗਾ ਕੀ ਹੈਗਾ ਜੀ ਸਾਡੇ ਚੰਡੀਗੜ੍ਹ ਦਾ ਆਈਫਲ ਟਾਵਰ ਫਿਲਹਾਲ ਇੱਥੇ ਵੀ ਕੋਵਿਡ ਦਾ ਪੂਰਾ ਰੌਲਾ ਰੱਪਾ ਪਿਆ ਵਾ ਸੋ ਆਪਾਂ ਤਾਂ ਦੂਰੇ ਰਹਿ ਗਿਆ ਜਿਹੜਾ ਉਸਤਾਦ ਹੁੰਦਾ ਨਾ ਉਹਦੇ ਸ਼ਾਗਿਰਦ ਬਹੁਤ ਹੁੰਦੇ ਨੇ ਹਜ਼ਾਰਾਂ ਸ਼ਾਗਿਰਦ ਹੁੰਦੇ ਇੱਕ ਇੱਕ ਉਸਤਾਦ ਦੇ ਹਾਂਜੀ ਪਰ ਜਿਹਨਾਂ ਨੂੰ ਉਹ ਸ਼ਾਗਿਰਦ ਕਹਿ ਸਕਦਾ ਨਾ ਇਹ ਮੇਰਾ ਚੇਲਾ ਪਿੱਠ 'ਤੇ ਥਾਪੀ ਮਾਰ ਸਕਦਾ ਉਹ ਚੰਦ ਕੀ ਹੁੰਦੇ ਨੇ ਮੈਂ ਦੱਸਦਾ ਅੱਜ ਵੀ ਮੈਨੂੰ ਚੇਤੇ ਆ ਮੈਂ 95 ਦੀ ਗੱਲ ਹੈ ਕਿ 96 ਦੀ ਗੱਲ ਹੈ ਹਾਂਜੀ ਮੈਂ ਗੱਤਕਾ ਖੇਡਣ ਗਿਆ ਅਤੇ ਪਹਿਲਾਂ ਪੈਂਤਰਾ ਕੱਢਣਾ ਸਿਖਾਉਂਦੇ ਆ ਪੈਂਤਰਾ ਨਾ ਹਾਂਜੀ ਹਾਂ ਤਰ੍ਹਾਂ ਦੀ ਪਰਿਕਰਮਾ ਕਰਦੇ ਨੇ ਅਤੇ ਮੈਨੂੰ ਸੀ ਮੈਂ ਤਲਵਾਰ ਸਿੱਖਣੀ ਹੈ ਮੈਂ ਪੈਂਤਰਾ ਕੱਢ ਕੇ ਪਹਿਲੇ ਤਲਵਾਰ ਨੂੰ ਪਾ ਲਿਆ ਹੱਥ ਅੱਛਾ ਮੈਨੂੰ ਕਹਿੰਦੇ ਰੱਖ ਕਾਕਾ ਉੱਥੇ ਮੈਂ ਰੱਖਦੀ ਅਤੇ ਕਹਿੰਦੇ ਤੈਨੂੰ ਪਤਾ ਕੀ ਆ ਮੈਂ ਕਿਹਾ ਜੀ ਤਲਵਾਰ ਹੈ ਕਹਿੰਦੇ ਬਸ ਇਹੋ ਹੀ ਫਰਕ ਆ ਅੱਛਾ ਬਸ ਆਹੋ ਹੀ ਫਰਕ ਆ ਇਹ ਤਾਂ ਤਲਵਾਰ ਨਾਮ ਹੈਗਾ ਪਰ ਸਾਡੇ ਲਈ ਨਹੀਂ ਹੈ ਇਹ ਸਾਡੇ ਲਈ ਇਹ ਕਿਰਪਾਨ ਹੈ ਜਿਹੜਾ ਗੁਰੂ ਦੀ ਕਿਰਪਾ ਨਾਲ ਮਿਲੀ ਸਾਨੂੰ ਜ਼ਾਲਮ ਲਈ ਇਹ ਤਲਵਾਰ ਹੈ ਸਹੀ ਗੱਲ ਜਦੋਂ ਵੀ ਕੋਈ ਤਲਵਾਰ ਨੂੰ ਹੱਥ ਪਾਊਗਾ ਨਾ ਉਹ ਜ਼ੁਲਮ ਕਰੂਗਾ ਜਦੋਂ ਵੀ ਕੋਈ ਕਿਰਪਾਨ ਨੂੰ ਹੱਥ ਪਾਊਗਾ ਉਹ ਜ਼ੁਲਮ ਨਹੀਂ ਕਰੂਗਾ ਕਿਉਂਕਿ ਇਹ ਉਹਦੀ ਕਿਰਪਾ ਨਾਲ ਮਿਲੀ ਆ ਕਿਰਪਾ ਆਨ ਇਹਦਾ ਅਸਲ ਮਤਲਬ ਹੈ ਕਿਰਪਾ ਉਹਦੀ ਕਿਰਪਾ ਨਾਲ ਸਾਡੇ ਹੱਥ 'ਚ ਆਈ ਆ ਸਹੀ ਗੱਲ ਤੂੰ ਸਾਰੀ ਜ਼ਿੰਦਗੀ ਨੂੰ ਲਿਸ਼ਕਾਈ ਜਾ 20 ਸਾਲ 25 ਸਾਲ 30 ਸਾਲ ਇਹਦੀ ਮਾਲਿਸ਼ ਕਰ ਤੇਲ ਨਾਲ ਇਹਨੂੰ ਸਾਂਭ ਕੇ ਰੱਖ ਇਹ ਉਦੋਂ ਤੱਕ ਤੇਰੀ ਆ ਜਦੋਂ ਤੱਕ ਇਹਦਾ ਮੁੱਠਾ ਤੇਰੇ ਹੱਥ 'ਚ ਹੈ ਜਿੱਦਣ ਇਹ ਤੇਰੇ ਹੱਥ 'ਚੋਂ ਮੁੱਠਾ ਨਿਕਲਿਆ ਇੰਨੀ ਤੇਰੀ ਧੌਣ ਲਾ ਦੇਣੀ ਆ ਮਰਦ ਉਹ ਹੈ ਅਸਲ ਸੂਰਮਾ ਉਹ ਹੈ ਇੱਕ ਵਾਰੀ ਇਹਦੇ ਮੁੱਠੇ ਨੂੰ ਹੱਥ ਪਾਵੇ ਬਾਂਹ ਵੱਢੀ ਜਾਏ ਔਰ ਉਹ ਗ੍ਰਿਪ ਨਹੀਂ ਛੁੱਟਣੀ ਚਾਹੀਦੀ ਹਿਸਟਰੀ 'ਚ ਕਈ ਜਗ੍ਹਾ ਐਵੀਡੈਂਸ ਮਿਲੇ ਆਪਾਂ ਨੂੰ ਅੱਜ ਵੀ ਕਦੀ ਜੰਗਾਂ ਜੁੰਗਾਂ ਦੀ ਕਦੀ ਖੁਦਾਈ ਹੁੰਦੀ ਆ ਤੇ ਲੋਕਾਂ ਦੇ ਹੱਥਾਂ 'ਚ ਅਜੇ ਵੀ ਮੁੱਠੇ ਉੱਦਾਂ ਹੀ ਕੰਕਾਲਾਂ ਦੇ ਵਿੱਚ ਬਾਂਹ ਵੱਢੀਆਂ ਹੋਈਆਂ ਨੇ ਮੁੱਠੇ ਉਂਗਲਾਂ ਜੀ ਫਸੀਆਂ ਨੇ ਵਿੱਚ ਉਹਨਾਂ ਦੇ ਮਤਲਬ ਇਹ ਇਹ ਬੜੀ ਬਹੁਤ ਡੀਪਲੀ ਗੱਲਾਂ ਬਹੁਤ ਡੀਪਲੀ ਚੀਜ਼ਾਂ ਨੇ ਜਿਹੜੀਆਂ ਅਸੀਂ ਸਿੱਖੀਆਂ ਜੇ ਸਾਨੂੰ ਸਾਡੇ ਉਸਤਾਦ ਜੀ ਨੇ ਕਿਹਾ ਕਿ ਤੂੰ 2 ਮਹੀਨੇ ਨੂੰ ਹੱਥ ਨਹੀਂ ਲਾਉਣਾ ਤੇ ਮੈਂ 2 ਮਹੀਨੇ ਹੱਥ ਨਹੀਂ ਲਾਇਆ ਉਹਨੂੰ ਫਿਰ ਅੱਛਾ ਮੈਂ 2 ਮਹੀਨੇ ਜੋ ਮੈਨੂੰ ਉਹਨਾਂ ਨੇ ਕਿਹਾ ਵੀ ਡਾਂਗ ਫੜਦੇ ਦਰਖਤ ਸੀਗਾ ਸਾਡੇ ਉੱਥੇ ਪਿੱਪਲ ਦਾ ਮਾਰ ਤੇ ਸੱਟ ਸੋਟੀਆਂ ਮੈਂ 2 ਮਹੀਨੇ ਸੋਟੀਆਂ ਹੀ ਮਾਰੀ ਗਿਆ ਸੱਜੇ ਖੱਬੇ ਸੱਜੇ ਬੋਲ ਬੋਲਣ ਵਾਲੇ ਬੋਲ ਸੱਜੇ ਖੱਬੇ 1-2 1-2 ਕਰੀ ਜਾ ਉਹ ਪਤਾ ਉਹ ਤੋਂ ਬਾਅਦ ਲੱਗਾ ਵੀ ਹੁਣ ਤੇਰਾ ਹੱਥ ਇਸ ਇੰਨੇ ਜੋਗਾ ਹੋ ਗਿਆ ਇਹਨੂੰ ਫੜ ਸਕੇ ਐਜ਼ ਅ ਗ੍ਰਿਪ ਰੱਖ ਸਕੋ ਬਾਜੀ ਵਾ ਕੀ ਬਾਤ ਹੈ ਮਤਲਬ ਇਹ ਵੱਡਿਆਂ ਉਸਤਾਦਾਂ ਦੀਆਂ ਗੱਲਾਂ ਨੇ ਕੀ ਬਾਤ ਇਹ ਵਾਕਈ ਉਹ ਹੈਗਾ
ਕੀ ਕਹਿੰਦੇ ਜੇ ਸਪੋਰਟ ਹੁੰਦੀ ਹੈ ਨਾ ਪਿੱਛੇ ਕਿਸੇ ਦੀ ਤਾਂ ਬੰਦਾ ਚੰਗੇ ਪਾਸੇ ਨੂੰ ਵੀ ਤਾਂ ਹੀ ਤੁਰਦਾ ਜੀ ਬੜੀ ਸਪੋਰਟ ਹੀ ਰਹੀ ਹੈ ਗੁਰਜੀਤ ਜੀ ਦੇਖੋ ਜੇ ਮੈਨੂੰ ਮੇਰੀ ਫੈਮਿਲੀ ਦੀ ਸਪੋਰਟ ਨਾ ਹੁੰਦੀ ਹਾਂ ਖਾਸ ਤੌਰ 'ਤੇ ਮੇਰੇ ਬ੍ਰਦਰ ਦੀ ਹਾਂਜੀ ਅਤੇ ਮੈਂ ਅੱਜ ਇੱਥੇ ਨਹੀਂ ਸੀ ਹੋਣਾ ਮੈਂ ਇੱਥੇ ਨਹੀਂ ਸੀ ਹੋਣਾ ਉਹਨੇ ਮੈਨੂੰ ਸਪੋਰਟ ਹੀ ਕੀਤੀ ਮਤਲਬ ਚਾਹੇ ਮੈਨੂੰ ਪੈਸੇ ਮਿਲਦੇ ਸੀ ਸ਼ੂਟਿੰਗ ਤੋਂ ਚਾਹੇ ਨਹੀਂ ਸੀ ਮਿਲਦੇ ਚਾਹੇ ਪੇਮੈਂਟਾਂ ਮਰ ਜਾਂਦੀਆਂ ਸੀ ਉਹ ਇੱਕੋ ਹੀ ਗੱਲ ਕਹਿੰਦਾ ਕੋਈ ਗੱਲ ਹੀ ਨਹੀਂ ਦੁਨੀਆ ਥੋੜ੍ਹੀ ਮੁੱਕ ਗਈ ਆ ਕੋਈ ਗੱਲ ਨਹੀਂ ਸਟੇਜ ਦੇ ਅੱਗੇ ਨਹੀਂ ਆਉਣਾ ਜਗਪ੍ਰੀਤ ਭਾਅ ਜੀ ਵੀ ਲਵ ਯੂ ਅਤੇ ਬਿਗ ਰਿਸਪੈਕਟ ਭਾਅ ਜੀ ਵੱਲੋਂ ਤਾਂ ਇਹੀ ਹੈ ਸਾਡੇ ਵੱਲੋਂ ਵੀ ਬਹੁਤ ਜ਼ਿਆਦਾ ਜੀ ਸੋ ਤੁਹਾਡੇ ਕਰਕੇ ਸਾਨੂੰ ਸਾਡਾ ਜਰਨੈਲ ਮਿਲਿਆ ਹੈ ਨਾ ਤੁਹਾਡੀ ਇੱਕ ਰਿਸਪੈਕਟ ਵੱਖਰੀ ਬਣੀ ਹੋਈ ਹੈ ਜੋ ਕਿ ਬਣਾਉਣੀ ਬਹੁਤ ਔਖੀ ਹੈ ਨਾਲੇ ਪ੍ਰੋਡਕਸ਼ਨ ਦੇ ਵਿੱਚ ਜਿਹੜੀ ਥੈਂਕਲੈਸ ਜੋਬ ਹੈ ਜਿੱਥੇ ਕੋਈ ਥੈਂਕਸ ਨਹੀਂ ਕਰਦਾ ਕਿਸੇ ਨੂੰ ਦੇਖੋ ਥੈਂਕਲੈਸ ਜੋਬ ਮੈਂ ਵੀ ਕਈ ਵਾਰ ਇਹ ਵਰਡ ਯੂਜ਼ ਕੀਤਾ ਹਾਂਜੀ ਥੈਂਕਲੈਸ ਜੋਬ ਬਟ ਆਪਾਂ ਇਸ ਵਰਡ ਨੂੰ ਥੈਂਕਲੈਸ ਨਾ ਕਹੀਏ ਹਾਂ ਹਾਂ ਉਹ ਥੈਂਕਲੈਸ ਇਸ ਲਈ ਲੱਗੀ ਥੈਂਕਲੈਸ ਉਹ ਚੀਜ਼ ਹੁੰਦੀ ਜਿਹੜਾ ਆਪਾਂ ਕਿਸੇ 'ਤੇ ਪਰਉਪਕਾਰ ਕੀਤਾ ਹੋਵੇ ਕਿਸੇ ਦੇ ਉੱਪਰ ਆਪਾਂ ਕਿਸੇ ਦੀ ਫੇਵਰ ਕੀਤੀ ਹੋਵੇ ਜੀ ਆਪਾਂ ਇੱਕ ਫੀਸ ਲੈਂਦੇ ਹਾਂ ਭਾਅ ਜੀ ਹਾਂ ਲਾਈਨ ਪ੍ਰੋਡਕਸ਼ਨ ਦੀ ਇੱਕ ਫੀਸ ਲੈਂਦੇ ਹਾਂ ਆਪਾਂ ਕਿ ਯਾਰ ਮੈਨੂੰ ਮੇਰੀ ਇੰਨੀ ਫੀਸ ਮੈਨੂੰ ਦਿੱਤੀ ਜਾਵੇ ਉਹ ਕਹਿੰਦਾ ਜਰਨੈਲ ਸਿੰਘ ਤੈਨੂੰ ਇੰਨੀ ਫੀਸ ਦਿੱਤੀ ਲੈ ਹੁਣ ਉਹਦੇ ਵਿੱਚ ਉਹ ਮੈਤੋਂ ਮੇਰਾ ਚਮਚ ਖਿੱਚੇ ਭਾਵੇਂ ਮੈਨੂੰ ਗਾਲਾਂ ਕੱਢੇ ਜੋ ਮਰਜ਼ੀ ਕਰੇ ਉਹ ਮੇਰੀ ਜੋਬ 'ਤੇ ਡਿਪੈਂਡ ਕਰਦਾ ਕਿ ਮੈਂ ਉਹਦੇ ਨਾਲ ਕਿੱਦਾਂ ਵਿਚਰ ਰਿਹਾ ਜੀ ਉਸ ਬੰਦੇ ਨਾਲ ਜੇ ਮੈਂ ਉਹਦੇ ਦਿੱਤੇ ਹੋਏ ਪੈਸੇ ਵਿੱਚੋਂ ਚੋਰੀ ਕਰਨ ਲੱਗ ਗਿਆ ਤਾਂ ਮੈਨੂੰ ਗਾਲਾਂ ਹੀ ਕੱਢੂਗਾ ਭਾਅ ਜੇ ਮੈਂ ਉਹਨੂੰ ਦਿੱਤੇ ਹੋਏ ਪੈਸੇ 'ਚੋਂ 100 ਰੁਪਈਏ ਦੇ ਵਿੱਚੋਂ 10 ਰੁਪਈਏ ਬਚਾ ਕੇ ਦਿੱਤੇ ਨਾ ਭਾਅ ਜੀ ਤੁਹਾਡੇ 10 ਰੁਪਈਏ ਬਚ ਗਏ ਆ ਅਤੇ ਉਹ ਮੇਰਾ ਪੂਰੀ ਲਾਈਫ ਲਈ ਕਲਾਇੰਟ ਬਣ ਜੂਗਾ ਕਲਾਇੰਟ ਬਣ ਜਾਊਗਾ ਐਕਚੁਅਲੀ ਸੋ ਇਹ ਥਿਊਰੀ ਫੜ ਕੇ ਚੱਲੀ ਇਹ ਜਿਹੜੀ ਚੀਜ਼ ਆ ਇਹਦੀ ਜਿਹੜੀ ਬੈਕਅਪ 'ਚ ਬੰਦਾ ਖੜਾ ਨਾ ਉਹ ਆ ਗਿਆਨੀ ਇਹਦੇ ਬੈਕਅਪ 'ਚ ਜੀ ਕਿਉਂਕਿ ਉਹਨੇ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ ਕੰਮ ਕੀਤਾ ਤੁਹਾਡੀ ਰਿਕਮੈਂਡੇਸ਼ਨ ਦੇ ਨਾਲ ਜੇ ਕਿਸੇ ਬੰਦੇ ਨੂੰ ਕੰਮ ਮਿਲ ਸਕਦਾ ਤੁਹਾਡੀ ਰਿਕਮੈਂਡੇਸ਼ਨ ਦੇ ਨਾਲ ਜੇ ਕਿਸੇ ਨੂੰ 4 ਦਿਨ ਦੀ ਰੋਟੀ ਮਿਲ ਸਕਦੀ ਨਾ ਵਾਕਿਆ ਅਤੇ ਉਸ ਪਰਮਾਤਮਾ ਦੀ ਨਜ਼ਰ ਹੈ ਤੁਹਾਡੇ 'ਤੇ ਮਿਹਰ ਆ ਉਹਦੀ ਮਿਹਰ ਨੂੰ ਤੁਸੀਂ ਮਿਹਰ ਦੇ ਤੌਰ 'ਤੇ ਚਲੋ ਵੀ ਸ਼ੁਕਰ ਆ ਪਰਮਾਤਮਾ ਮੈਂ ਇੰਨੇ ਜੋਗਾ ਇੰਨੇ ਜੋਗਾ ਕੀਤਾ ਹੋਇਆ ਕਿ ਤੂੰ ਮੈਨੂੰ ਕੀਤਾ ਕਿ ਵੀ ਮੈਂ ਕਿਸੇ ਨੂੰ ਕੁਝ ਦੇ ਸਕਾਂ ਅਤੇ ਭਾਅ ਜੀ ਕਿੰਨੇ ਕੁ ਵੀਡੀਓਜ਼ ਕੀਤੀਆਂ ਤੁਸੀਂ ਇੰਟੂ ਪਾਕਿਸਤਾਨ ਫਿਲਮ ਦੇ ਵਿੱਚ ਮੈਂ ਜੂਨੀਅਰ ਆਰਟਿਸਟ ਕਰਾਊਡ ਦੇ 'ਚ ਕੰਮ ਸ਼ੁਰੂ ਕੀਤਾ ਅੱਛਾ ਜੀ ਲਾਈਫ ਸਾਰੀ 30 ਰੁਪਏ ਦਿਹਾੜੀ 'ਤੇ ਮਿਲਦੇ ਹੁੰਦੇ ਸੀ ਸਾਡਾ ਕੋਆਰਡੀਨੇਟਰ ਸੀ ਜਿਹੜਾ ਓਕੇ ਬਸ ਫਿਰ ਚੱਲਦਿਆਂ ਅੱਗੇ ਸ਼ਹੀਦੇ ਮੁਹੰਮਦ ਬੂਟਾ ਸਿੰਘ ਆਈ ਉਹ 'ਚ ਵੀ ਥੋੜ੍ਹਾ ਜਿਹਾ ਕੰਮ ਕੀਤਾ ਅੱਛਾ ਜੀ ਫਿਰ ਹਾਂਜੀ ਸ਼ੇਰ ਸਤਵਿੰਦਰ ਬਿੱਟੀ ਦੀ ਕੈਸਟ ਆਈ ਤਾਂ ਤੇਰੀ ਸਿੱਖੀ ਉਹ ਤਾਂ ਬਹੁਤ ਕਲਿੱਪੀ ਹੈ ਨਾ ਉਹ ਤਾਂ ਉਹ ਤੋਂ ਬਾਅਦ ਫਿਰ ਜਿੱਦਾਂ ਰਾਹ ਹੀ ਖੁੱਲ੍ਹ ਗਿਆ ਇੰਡਸਟਰੀ ਦਾ ਫਿਰ ਕਈ ਗਾਣੇ 800-850 ਦੇ ਕਰੀਬ ਮੈਂ ਰਿਲੀਜੀਅਸ ਸੌਂਗਸ 'ਚ ਪਰਫੋਰਮ ਕੀਤਾ ਵਾਹ ਜੀ ਵਾਹ ਵਾਹ ਜੀ ਵਾਹ ਫਿਰ 2007 ਵਿੱਚ ਮੈਂ ਐਕਟਿੰਗ ਛੱਡੀ ਹਾਂ 2-3 ਸਾਲ ਦੂਰ ਰਿਹਾ ਐਕਟਿੰਗ ਤੋਂ ਕਿਉਂਕਿ ਦਾੜੀ ਚਿੱਟੀ ਹੋਣ ਲੱਗ ਗਈ ਸੀ ਮੈਂ ਕਰੈਕਟਰ ਬਣ ਕੇ ਨਹੀਂ ਸੀ ਰਹਿਣਾ ਚਾਹੁੰਦਾ ਹਾਂ ਫਿਰ ਗਿਆਨੀ ਨਾਲ ਰਾਤ ਪਹਿਲਾਂ ਹੀ ਸੀ ਗਿਆਨੀ ਰਾਬਤਾ 'ਚ ਪਰ ਗਿਆਨੀ ਨੇ ਪ੍ਰੋਡਕਸ਼ਨ ਉਹ ਸ਼ੁਰੂ ਕੀਤਾ ਸੀ ਕਿਸਾਨ ਪ੍ਰੋਡਕਸ਼ਨ ਹਾਂਜੀ ਫਿਰ ਇਹਦੇ ਨਾਲ ਕੰਮ ਸ਼ੁਰੂ ਕੀਤਾ ਗਿਆਨੀ ਦੇ ਨਾਲ ਪ੍ਰੋਡਕਸ਼ਨ ਦਾ ਚੱਲਦੇ ਗਈ ਵਿਰਾਸਤ ਫਿਲਮ ਬਣੀ ਟੀਮ ਜੁਆਇਨ ਹੋਣ ਲੱਗੀ ਵਿਜ਼ਨ ਥੋੜ੍ਹਾ ਖੁੱਲ੍ਹਿਆ ਵੀ ਯਾਰ ਇੱਕ ਫਿਲਮ ਨਾਲ ਨਹੀਂ ਬਣਨਾ ਜਦੋਂ ਆਪਣੇ 'ਚ ਕੈਪੇਬਿਲਿਟੀ 2-2-3-3 ਫਿਲਮਾਂ ਕਰਨ ਦੀ ਇੱਕ ਕਿਉਂ ਕਰੀਏ ਹਾਂ ਫਿਰ ਉਹ 1-2, 2-3, 3-4 ਇੱਕ ਟਾਈਮ ਇਹੋ ਜਿਹਾ ਵੀ ਆਇਆ 5-5 ਫਿਲਮਾਂ ਸੇਮ ਡੇਟ 'ਤੇ ਚੱਲਦੀਆਂ ਹੁੰਦੀਆਂ ਸੀ ਅੱਛਾ ਟੀਮ ਇੰਨੀ ਵੱਡੀ ਸੀ ਸਭ ਕੁਛ ਟੀਮ ਕਰਕੇ ਹੀ ਦੇਖੋ ਮੈਂ ਭਾਅ ਜੀ ਦੱਸਾਂ ਇਹ ਤਾਂ ਗੱਲ ਸਹੀ ਹੈ ਹਾਂ ਟੀਮ ਤੋਂ ਬਿਨਾ ਅਸੀਂ ਕੁਛ ਵੀ ਨਹੀਂ ਹੈ ਬਿਲਕੁਲ ਮੈਂ ਦੇਖਿਆ ਤੁਸੀਂ ਮਤਲਬ ਸੱਜਣ ਸਿੰਘ ਰੰਗਰੂਟ ਫਿਲਮ ਬਣਦੀ ਪਈ ਸੀ ਹਾਂਜੀ ਹਾਂਜੀ ਵੀਡੀਓਜ਼ ਪਾਉਂਦੇ ਹੋਏ ਆ ਕਦੇ ਪਕੌੜੇ ਤਲ ਰਹੇ ਆ ਹਾਂਜੀ ਹਾਂਜੀ ਹੈ ਨਾ ਕਦੇ ਬਾਹਰ ਬੈਠੇ ਚੈਲੰਜਸ ਆ ਰਹੇ ਨੇ ਪਰ ਉਹ ਚ ਕਰੈਕਟਰ ਤੁਹਾਡਾ ਬਹੁਤ ਸੋਹਣਾ ਰਿਹਾ ਜੀ ਹੈ ਨਾ ਮੇਲਾ ਸਿੰਘ ਹੈ ਨਾ ਮੇਲਾ ਸਿੰਘ ਦਾ ਕਰੈਕਟਰ ਅੱਜ ਵੀ ਮੈਨੂੰ ਫੋਨ ਆਉਂਦੇ ਨੇ ਬਹੁਤ ਲੋਕਾਂ ਦੇ ਅੱਜ ਵੀ ਭਾਜੀ ਉਹ ਸੱਜਣ ਸਿੰਘ ਰੰਗਰੂਟ ਫਲਾਣਾ ਉਹੀ ਬੋਲ ਰਹੇ ਸੱਚੀ ਜੀ ਤੁਸੀਂ ਉਹੀ ਬੋਲ ਰਹੇ ਹੋ ਮੈਂ ਕਿਹਾ ਹਾਂ ਭਰਾਵਾ ਉਹੀ ਬੋਲਦਾ ਅੱਛਾ ਇਹ ਤੋਂ ਬਾਅਦ ਇਹ ਤਾਂ ਇੱਕ ਸਫ਼ਰ ਹੋ ਗਿਆ ਇੱਥੇ ਤੱਕ ਹੈ ਨਾ ਹੁਣ ਵੀ ਚੱਲ ਰਿਹਾ ਨੇ ਚੱਲਣ ਅੱਗੇ ਇਹ ਕਰੈਕਟਰ ਨੇ ਤਾਂ ਬਟ ਇਹ ਤੋਂ ਬਾਅਦ ਕੋਈ ਹੋਰ ਕਰੈਕਟਰ ਲਿਖੇ ਜਾ ਰਹੇ ਨੇ ਜਾਂ ਤੁਹਾਡੇ ਮਾਇੰਡ 'ਚ ਹੈਗਾ ਯਾਰ ਮੈਨੂੰ ਇੱਦਾਂ ਦਾ ਵੀ ਮਿਲ ਜਾਵੇ ਕੋਈ ਕਰੈਕਟਰ ਕਰਨ ਨੂੰ ਦੇਖੋ ਜੀ ਮੈਂ ਮੇਰੀ ਜ਼ਿੰਦਗੀ ਦਾ ਮੇਰੇ ਬ੍ਰਦਰ ਦਾ ਇੱਕ ਸੁਪਨਾ ਰਿਹਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਹਿਸਟੋਰੀਕਲ ਫਿਲਮ ਬਣਾਈਏ ਹਰੀ ਸਿੰਘ ਨਲੂਏ ਦੀ ਅੱਛਾ ਜੀ ਤਾਂ ਮੇਰਾ ਬਹੁਤ ਦੇਰ ਦਾ ਦਿਲ 'ਚ ਮੇਰੇ ਚਾਅ ਰਿਹਾ ਕਿ ਮੈਂ ਕਿਤੇ ਜ਼ਿੰਦਗੀ 'ਚ ਮੌਕਾ ਮਿਲਿਆ ਅਤੇ ਮੈਂ ਨਲੂਏ ਦਾ ਕਿਰਦਾਰ ਕਰਦਾ ਇੱਕ ਐਸਾ ਲਾਸਾਨੀ ਐਸਾ ਐਸਾ ਅਸੀਨੋ ਸ਼ਾਨ ਯੋਧਾ ਜੀ ਜਿਹਦੀ ਮਿਸਾਲ ਮਤਲਬ ਦੁਨੀਆ 'ਚ ਦੁਬਾਰਾ ਨਹੀਂ ਕਦੀ ਪੈਦਾ ਹੋ ਸਕਦਾ ਉਹ ਆਸਟਰੀਆ ਤੋਂ ਫਰਾਂਸ ਤੋਂ ਮੈਨੂੰ ਬਹੁਤ ਸਾਰੀਆਂ ਕਾਲਸ ਇਹੋ ਜਿਹੀਆਂ ਆਉਂਦੀਆਂ ਨੇ ਜਿਹੜੇ ਮੈਨੂੰ ਇਸ ਕਰਕੇ ਕਾਲ ਕਰਦੇ ਨੇ ਕਿ ਭਾਅ ਜੀ
ਜਿਹੜੀ ਪੱਗ ਤੁਸੀਂ ਬੰਨਦੇ ਹੋ ਸਾਨੂੰ ਬੰਨਣੀ ਸਿਖਾ ਦਿਓ। ਹਾਂ ਅਸੀਂ ਪੱਗ ਬੰਨਣੀ ਸਿੱਖਣੀ ਚਾਹੁੰਦੇ ਹਾਂ। ਅੱਛਾ ਜੀ। ਕਈਆਂ ਨੇ ਮੈਨੂੰ ਸਪੌਂਸਰ ਲੈਟਰਸ ਵੀ ਭੇਜਤੀਆਂ ਕਿ ਭਾਜੀ ਤੁਸੀਂ ਪੈਸੇ ਦੱਸੋ ਕਿੰਨੇ ਲੈਣੇ ਆ, ਸਾਨੂੰ ਹਫ਼ਤੇ ਦਾ ਕੈਂਪ ਲਾ ਕੇ ਜਾਓ ਇੱਥੇ ਆ ਕੇ। ਓ ਵਾਹ ਜੀ ਵਾਹ। ਹਾਂ ਜੀ ਜੀ। ਅੱਛਾ ਪੱਗ ਦੀ ਗੱਲ ਹੋਈ ਸਟਾਈਲ, ਮਤਲਬ ਕਿੱਥੋਂ ਤੋਂ ਤੁਸੀਂ ਮਤਲਬ ਕਿਸੇ ਨੂੰ ਇਨਸਪਾਇਰਡ ਹੋਏ ਕਿਸੇ ਤੋਂ ਦੇਖ ਕੇ? ਇਹ ਹਾਂਜੀ ਜੀ, ਮੇਰੇ ਜ਼ਹਿਨ ਦੇ ਵਿੱਚ ਤੇ ਬਹੁਤ ਚਿਰ ਤੋਂ ਸੀ ਇਹ ਚੀਜ਼। ਹਾਂ ਮੇਰੇ ਬਾਬਾ ਜੀ ਪੱਗ ਬੰਨਦੇ ਹੁੰਦੇ ਸੀ ਇਦਾਂ ਦੀ। ਇਹ ਪੱਗ ਨਾ ਬਿਨਾਂ ਸ਼ੀਸ਼ੇ ਤੋਂ ਮੰਨੀ ਜਾਂਦੀ ਹੈ। ਅੱਛਾ ਜੀ। ਸਭ ਤੋਂ ਇਹਦੀ ਪੱਗ ਦੀ ਵੱਡੀ ਗੱਲ ਹੈ। ਹਾਂ ਹਾਂ ਤੇ ਇਹ ਸ਼ੀਸ਼ੇ 'ਚ ਵੇਖ ਕੇ ਨਹੀਂ ਬੰਨੀ ਜਾਂਦੀ। ਹਾਂ ਹਾਂ। ਇਹ ਆ ਵੀ ਐਂ ਖੋਲੀ ਪੱਗ। ਅੱਛਾ। ਪੌਣੀ ਜੀ ਸਿੰਗਲ ਪੱਗ ਹੈ, ਉਹਨੂੰ ਇਕੱਠਿਆਂ ਕੀਤਾ ਅਤੇ ਐਂ ਬਸ ਵਾਲ ਮਾਰਨੇ ਸ਼ੁਰੂ ਕਰਤੇ। ਅੱਛਾ। ਕੋਈ ਕੋਈ ਐ ਵੱਡਾ ਫਾਰਮੂਲਾ ਨਹੀਂ ਹੈ ਇਸ ਪੱਗ ਦਾ। ਵਾਲੇ ਇੱਥੋਂ ਇਹ ਪਤਾ ਲੱਗ ਗਿਆ ਜਿਹੜੀ ਸਾਦਗੀ ਹੈ ਉਹਦੀ ਆਪਣੀ ਖੂਬਸੂਰਤੀ ਹੈ ਨਾ, ਐਵੇਂ ਨਹੀਂ ਕਹਿੰਦੇ ਹੈਗੇ। ਹਾਂ ਜੀ। ਗੁਰਦੁਆਰਾ ਆਮ ਸਾਹਿਬ ਜਗ੍ਹਾ ਲੰਬੀਆਂ ਵੱਜਦੀ ਹੁੰਦੀ ਸੀ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਬੋਰਡ ਸੀ, ਹੁਣ ਤੇ ਮੇਰੇ ਖਿਆਲ ਤਾਰਤਾ ਇਹਨਾਂ ਨੇ। ਅੱਛਾ। ਉੱਤੇ ਲਿਖਿਆ ਤਾਂ ਗੁਰਦੁਆਰਾ ਅੰਬ ਸਾਹਿਬ ਲੰਬਿਆਂ। ਅੱਛਾ 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 ਅੱਛਾ। ਮਤਲਬ ਮੇਨ ਲੰਬਿਆਂ ਜਗ੍ਹਾ ਲੰਬਿਆਂ 'ਚ ਵੱਜਦਾ ਸੀਗਾ। ਤੁਸੀਂ ਤੁਰ ਕੇ ਆਉਣਾ, ਜਾਂਦਾ ਹੋਇਆ 5-7 ਕਿਲੋ ਅੰਬੀਆਂ ਲਿਫਾਫੇ 'ਚ ਇਕੱਠੀ ਕਰਕੇ ਲੈ ਜਾਂਦਾ ਹੁੰਦਾ ਸੀ। ਅੱਛਾ। ਇੰਨੀ ਅੰਬ ਡਿੱਗੇ ਹੁੰਦੇ ਸੀ। ਆਹ ਦਰਖਤਾਂ ਜਿਹੜੇ ਹੁਣ ਲਾਏ ਕੋਈ ਨਹੀਂ ਸੀ ਹੁੰਦਾ ਇੱਥੇ। ਹੁਣ ਤਾਂ ਕੱਟ ਕੁੱਟ ਤੇ ਸਾਰੇ ਅੰਬ ਆਹ ਸਟਰਕਚਰ ਸਾਰੇ ਬਾਅਦ 'ਚ ਬਣੇ ਨੇ, ਇਹ ਪਹਿਲਾਂ ਸਿੰਗਲ ਰੋਡ ਹੁੰਦੀ ਸੀ ਬਸ ਇੱਥੇ। ਮੈਕਸੀਮਮ ਮਾਰਕੀਟ ਅੰਬਾਂ ਦੇ ਥੱਲੇ ਹੁੰਦੀ ਸੀ ਇੱਥੇ। ਅੱਛਾ। ਹਾਂ ਅੱਛਾ। ਉਹ ਵੀ ਵੇਖੀ ਤੁਸੀਂ? ਮੋਚੀ ਇਹ ਉਹ ਨਿੱਕੇ ਨਿੱਕੇ ਛੋਟੇ ਛੋਟੇ ਅਦਾਰੇ ਵਪਾਰ ਵਾਲੇ। ਹਾਂਜੀ। ਇੱਥੇ ਥੱਲੇ ਅੰਬਾਂ ਥੱਲੇ ਲੱਗੇ ਹੁੰਦੇ ਸੀ, ਇੱਥੇ ਸਬਜ਼ੀ ਮੰਡੀ ਲੱਗਦੀ ਹੁੰਦੀ ਸੀ ਪਹਿਲਾਂ। ਅਤੇ ਦੁਸ਼ਹਿਰਾ ਗਰਾਊਂਡ ਵੀ ਇਹੀ? ਦੁਸ਼ਹਿਰਾ ਗਰਾਊਂਡ ਇਹੀ ਹੈ। ਪਹਿਲਾਂ ਦੁਸ਼ਹਿਰਾ ਗਰਾਊਂਡ ਹੁੰਦਾ ਸੀ ਕਿੱਥੇ, ਹੁਣ ਸੰਤ ਟੀਚਰਸ ਦੇ ਸਕੂਲ ਨਹੀਂ ਹੈ ਪਿੱਛੇ? ਹਾਂਜੀ। ਪਹਿਲਾਂ ਉਹ ਦੁਸ਼ਹਿਰਾ ਗਰਾਊਂਡ ਹੁੰਦਾ ਸੀ ਕਿਤੇ। ਅੱਛਾ। ਉੱਥੇ ਹੁੰਦਾ ਪਹਿਲਿਆਂ 'ਚ? ਹਾਂਜੀ ਹਾਂਜੀ। ਤੁਹਾਡਾ ਭਾਈ ਟਾਰਗੇਟ ਕੀ ਆ ਉੱਦਾਂ? ਮਤਲਬ ਮੈਂ ਭਾਸ਼ਾ ਉੱਤੇ ਵਰਕ ਕਰਨਾ ਚਾਹੁੰਦਾ, ਇਸੇ ਕਰਕੇ ਮੈਂ ਪੰਜਾਬੀ ਸਿਨੇਮੇ ਨਾਲ ਜੁੜਿਆ, ਕਿਉਂਕਿ ਪੰਜਾਬੀ ਸਿਨੇਮਾ ਅੱਜ ਦੀ ਤਰੀਕ ਦੇ ਵਿੱਚ ਲੈਂਗੁਏਜ ਲਈ ਸਭ ਤੋਂ ਵੱਧ ਜੇ ਕੋਈ ਐਫਰਟ ਕਰ ਰਿਹਾ ਤਾਂ ਉਹ ਪੰਜਾਬੀ ਸਿਨੇਮਾ ਕਰ ਰਿਹਾ ਭਾਸ਼ਾ ਲਈ। ਅੱਜ ਦੁਨੀਆ ਦੇ ਕੋਨੇ ਕੋਨੇ 'ਤੇ ਪੰਜਾਬੀ ਫਿਲਮਾਂ ਪਹੁੰਚੀਆਂ ਨੇ ਅਤੇ ਨਾਲ ਸਾਡੀ ਜ਼ਬਾਨ ਵੀ ਪਹੁੰਚੀ ਹੈ। ਇਹ ਗੱਲ ਪੱਕੀ ਹੈ। ਸਾਡੀ ਪੱਗ ਵੀ ਪਹੁੰਚੀ, ਪੱਗ ਵੀ ਪਹੁੰਚੀ ਹੈ ਜੀ। ਬਿਲਕੁਲ। ਸਾਡੀ ਦੇਖੋ, ਸਾਡੀ ਸੋਚ ਇਹ ਹੈ ਕਿ ਮੁੰਡੇ ਆਉਂਦੇ ਨੇ, ਕੁੜੀਆਂ ਆਉਂਦੀਆਂ ਨੇ ਮਾਰਕੀਟ 'ਚ, ਕਿ ਅਸੀਂ ਐਕਟਰ ਬਣਨਾ ਜੀ। ਮੈਨੂੰ ਪਤਾ ਐਕਟਰ ਬਣਨ ਦਾ ਚਾਅ ਜਾਂ ਉਹ ਫੇਮ ਦੀ ਜਿਹੜੀ ਪਾਵਰ ਆ ਉਹ ਕੀ ਆ ਜੀ। ਉਹ ਇਹ ਨਹੀਂ ਸੋਚਦੇ ਮੁੰਡੇ ਕੁੜੀਆਂ ਕਿ ਹੋਰ ਵੀ ਕਈ ਤਰੀਕੇ ਨੇ ਇੰਡਸਟਰੀ 'ਚ, ਤੁਸੀਂ ਕੋਈ ਟੈਕਨੀਕਲ ਵਰਕ ਸਿੱਖੋ, ਟੈਕਨੀਕਲ ਵਰਕ ਸਿੱਖੋ। ਅੱਜ ਵੀ ਅਸੀਂ ਕੈਮਰਾਮੈਨਸ ਬੰਬੇ ਤੋਂ ਬੁਲਾਉਂਦੇ ਹਾਂ। ਹਾਂ। ਉਹਨਾਂ ਨੂੰ 18-18 20-20 ਲੱਖ, 25-25 ਲੱਖ, 30-30 ਲੱਖ ਪੇ ਕਰਦੇ ਹਾਂ। ਸਹੀ ਗੱਲ ਹੈ ਕਿ ਸਾਡੇ ਯੂਥ 'ਚ ਇੰਨੀ ਕੈਪੇਬਿਲਿਟੀ ਨਹੀਂ ਕਿ ਇੱਥੇ ਕੈਮਰਾ ਸਿੱਖ ਲੈਣ। ਵਾਕਿਆ ਸਾਡੇ ਯੂਥ 'ਚ ਅੱਜ ਕੈਪੇਬਿਲਿਟੀ ਆ ਗਈ ਕਿ ਉਹ ਡਾਇਰੈਕਟਰ ਬਣਨ ਲੱਗ ਗਏ। ਸਹੀ ਗੱਲ ਹੈ। ਅੱਜ ਸਾਨੂੰ ਮੈਕਸੀਮਮ ਡਾਇਰੈਕਟਰਸ ਪੰਜਾਬ ਤੋਂ ਮਿਲ ਰਹੇ ਨੇ, ਬੰਬੇ ਤੋਂ ਨਹੀਂ ਮਿਲ ਰਹੇ। ਬਿਲਕੁਲ ਜੀ। ਸਾਡੀ ਬੜੀ ਵੱਡੀ ਅਚੀਵਮੈਂਟ ਹੈ, ਬਹੁਤ ਵੱਡੀ, ਕਿ ਸਾਡੇ ਕੋਲ ਪੰਜਾਬੀ ਡਾਇਰੈਕਟਰ ਨੇ ਜਿਹੜੇ ਜ਼ਬਾਨ ਨੂੰ ਸਮਝਦੇ ਨੇ, ਭਾਸ਼ਾ ਨੂੰ ਸਮਝਦੇ ਨੇ, ਇੰਨੇ ਵਧੀਆ ਰਾਈਟਰਸ ਨੇ। ਅਮਰਦੀਪ ਸਿੰਘ, ਸਹੀ ਗੱਲ, ਸਾਡੇ ਕੋਲ ਜਸ ਗਰੇਵਾਲ, ਜੱਗੀ ਗਿਆਨੀ, ਧੀਰਜ ਰਤਨ, ਵਾਕੇ ਵਾਕੇ ਖਾਲੀ, ਜਿਹੜੇ ਕਿ ਰਹਿੰਦੇ ਬੰਬੇ ਨੇ ਬਟ ਬੇਸ ਪੰਜਾਬੀ, ਠੇਠ ਪੰਜਾਬੀ ਨਾਲ ਜੁੜੇ ਹੋਏ ਨੇ, ਉਹ ਸ਼ਹਿਰੀ ਪੰਜਾਬੀ ਨਾਲ ਨਹੀਂ ਹੈ। ਜੱਟਾਂ ਨੂੰ ਸਲਵਾਰਾਂ ਨਹੀਂ ਪਵਾਉਂਦੇ। ਹਾਂ। ਉਹ ਜੱਟਾਂ ਨੂੰ ਸਲਵਾਰਾਂ ਪਵਾ ਕੇ ਜੱਟ ਨਹੀਂ ਬਣਾਉਂਦੇ, ਆ ਜੱਟ ਆ ਜੱਟ ਨੇ ਪਾ ਦੋ ਇਨਕੋ, ਇਨਕੋ ਇੱਕ ਕੁੜਤਾ ਸਲਵਾਰ ਬਣਾ ਦੋ। ਹਾਂ। ਉਹ ਕਹਿੰਦਾ ਕੁੜਤਾ ਪਜਾਮਾ ਜਾਂ ਚਾਦਰਾ ਲਵਾ ਇਹਨੂੰ। ਸਹੀ ਗੱਲ ਆ। ਆ ਸਲਵਾਰ ਕਿਹਨੇ ਬਣਾਈ ਹੈ? ਹਾਂ ਵਾਕੇ ਵਾਕੇ ਹਨਾ। ਡਰੈਗ ਸਾਡੇ ਕੋਲ, ਕੋਸਟਿਊਮ ਡਿਜ਼ਾਈਨਰ ਸਾਡੇ ਆਪਣੇ ਹੋ ਗਏ, ਆਪਣੇ ਹੋ ਗਏ, ਸਾਡੇ ਮੇਕਅਪ ਵਾਲੇ ਇੱਥੋਂ ਆਪਣੇ ਹੋ ਗਏ, ਸਾਡੇ ਕੋਲ ਜਿਬ ਵਾਲੇ ਕੈਮਰੇ ਵਾਲੇ ਇੱਥੋਂ ਨੇ, ਸਾਡੀ ਇੰਡਸਟਰੀ ਦਾ ਪੂਰਾ ਸਟਰਕਚਰ ਖੜਾ ਹੋ ਗਿਆ, ਖੜਾ ਹੋ ਗਿਆ ਜੀ ਵਾਕੇ। ਸੋ ਸਾਡੇ ਯੂਥ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਯਾਰ ਟੈਕਨੀਕਲ ਜੌਬਾਂ ਫੜੋ ਨਾ, ਤੁਸੀਂ ਕਿਉਂ ਇੱਕ ਪਾਸੇ ਭੱਜ ਗਿਆ ਕਿ ਮੈਂ ਆਰਟਿਸਟ ਹੀ ਬਣਨਾ, ਮੈਂ ਆਰਟਿਸਟ ਹੀ ਬਣਨਾ, ਫੇਸ ਫੇਸ ਹੀ ਫੇਸ ਮੇਰਾ ਸਾਹਮਣੇ ਆਵੇ। ਮੈਂ 2007 ਵਿੱਚ ਐਕਟਿੰਗ ਛੱਡਤੀ ਸੀ ਕਿ ਮੈਂ ਨਹੀਂ ਕਰਨੀ ਐਕਟਿੰਗ ਯਾਰ। ਹਾਂ। ਸਕੋਪ ਹੀ ਨਹੀਂ ਅੱਗੇ। ਸਹੀ ਹੈ। ਜਾਂ ਤਾਂ ਮੈਂ ਦਾੜੀ ਕੱਟ ਲਾਂ ਫਿਰ ਆਪਣੀ। ਹਾਂ। ਜਾਂ ਦਾੜੀ ਰੰਗ ਲਾਂ ਜਾਂ ਬੰਨ ਲਾਂ, ਨਾ ਮੈਂ ਬੰਨਣੀ ਨਾ ਮੈਂ ਕੱਟਣੀ ਆ। ਵਾਕੇ। ਤੇ ਮੈਂ ਕਰਾਂ ਕੀ, ਇੰਡਸਟਰੀ ਮੈਂ ਛੱਡ ਨਹੀਂ ਸਕਦਾ। ਹਾਂਜੀ। ਤੇ ਮੈਂ ਪ੍ਰੋਡਕਸ਼ਨ ਜੌਬ ਸ਼ੁਰੂ ਕਰ ਲਈ। ਸਹੀ ਗੱਲ ਹੈ। ਮੈਨੂੰ ਦਿਖਿਆ ਉਹ ਗਿਆਨੀ ਖੜਾ ਸਾਹਮਣੇ, ਉਹ ਵੀ ਤਾਂ ਕਰ ਰਿਹਾ ਪ੍ਰੋਡਕਸ਼ਨ, ਮੈਂ ਕਿਉਂ ਨਹੀਂ ਕਰ ਸਕਦਾ। ਵਾਕੇ। ਉਹਨੇ ਮੈਨੂੰ ਨਾਲ ਲਾ ਲਿਆ, ਮੈਂ ਕਰ ਲਈ। ਸਹੀ ਗੱਲ ਹੈ। ਮੈਂ ਦੁਬਾਰਾ ਐਕਟਿੰਗ 'ਚ ਆ ਗਿਆ, ਜਦੋਂ ਮੇਰੀ ਰੋਟੀ ਚੱਲ ਪਈ।
ਮੁੱਦਾ ਤੇ ਰੋਟੀ ਆ ਨਾ ਹਾਂ 30 ਦਿਨਾਂ ਚ ਤੁਸੀਂ 5 ਦਿਨ ਕੰਮ ਕਰਨਾ ਕਿ 30 ਦਿਨ ਕੰਮ ਕਰਨਾ ਵੇਖਣਾ ਤੁਹਾਡੇ ਵੱਲ ਇਹ ਆ ਵੀ 30 ਦਿਨ ਕਮਾਈ ਕਰਨੀ ਤੁਸੀਂ ਸਹੀ ਗੱਲ ਕਿ ਤੁਸੀਂ 5 ਦਿਨ ਕਮਾਈ ਕਰਨੀ ਤੁਸੀਂ ਮਤਲਬ ਆਲਮੋਸਟ ਸਾਰੇ ਪੰਜਾਬੀ ਐਕਟਰਸ ਨਾਲ ਕੰਮ ਕਰ ਲਿਆ ਹੈ ਨਾ ਹਾਂਜੀ ਮੈਂ ਪਹਿਲਾਂ ਤੁਹਾਡੇ ਆਉਣ ਤੋਂ ਪਹਿਲਾਂ ਜ਼ਿਕਰ ਕਰਕੇ ਆਇਆ ਕਿ ਮੇਰੇ ਖਿਆਲ ਮੋਰ ਦੈਨ 90% ਫਿਲਮਾਂ ਦਾ ਤੁਸੀਂ ਹਿੱਸਾ ਹੈਗੇ ਹੋ ਡਾਇਰੈਕਟਲੀ ਹੋ ਜਾਂ ਇਨਡਾਇਰੈਕਟਲੀ ਹੋ ਜ਼ਿਆਦਾ ਹੀ ਹੋ ਖੁਸ਼ਕਿਸਮਤੀ ਹੈ ਜੀ ਅੱਛਾ ਇੰਨੇ ਐਕਟਰ ਨਾਲ ਕੰਮ ਕਰਿਆ ਹੁਣ ਮੈਂ ਨਾ ਇੱਦਾਂ ਕਰਦੇ ਹਾਂ ਆਪਾਂ ਥੋੜ੍ਹਾ ਜਿਹਾ ਮੈਂ ਸਿਰਫ ਨਾਮ ਲਵਾਂਗਾ ਫਰਜ਼ ਕਰੋ ਮੈਂ ਹੁਣ ਨਾਮ ਲਿਆ ਵੀ ਗੱਡੀ ਮੇਰੀ ਮੈਂ ਮੇਰੇ ਮਨ 'ਚ ਇੱਕ ਗੱਡੀ ਦਾ ਨਾਂ ਸੁਣਦੇ ਆਇਆ ਸਟੂਡੀਓ ਮੇਰੀ ਗੱਡੀ ਮੇਰਾ ਸਟੂਡੀਓ ਹੈ ਨਾ ਤੁਸੀਂ ਤੁਹਾਡੇ ਮਨ 'ਚ ਕਿਹੜਾ ਪਹਿਲਾ ਸ਼ਬਦ ਆਊਗਾ ਤੁਹਾਡੇ ਜ਼ਿਹਨ 'ਚ ਕਿਹੜਾ ਸ਼ਬਦ ਆਊਗਾ ਹੈ ਨਾ ਮੈਂ ਕਿਸੇ ਦੀ ਚੀਜ਼ ਦਾ ਨਾਮ ਲਵਾਂ ਕਿਸੇ ਐਕਟਰ ਦਾ ਨਾਮ ਲਵਾਂ ਕਰੀਏ ਮਾੜਾ ਜਿਹਾ ਇੱਦਾਂ ਆਪਾਂ ਥੋੜ੍ਹਾ ਜਿਹਾ ਸ਼ੋ ਸ਼ੋ ਵਾਲੀ ਫੀਲਿੰਗ ਲਗਾ ਲਈ ਵਲੋਗ ਦੇ ਵਿੱਚ ਆਲਰਾਈਟ ਦਲਜੀਤ ਦੋਸਾਂਝ ਰੱਬ ਦਾ ਬੰਦਾ ਹੈ ਜਗਪ੍ਰੀਤ ਸਿੰਘ ਮੇਰਾ ਰੱਬ ਐਮੀ ਵਿਰਕ ਮੇਰਾ ਜਿਗਰੀ ਯਾਰ ਗੁਰਪ੍ਰੀਤ ਪਲੇੜੀ ਉਹ ਵੀ ਜਿਗਰੀ ਯਾਰ ਹੈ ਅਮਰਿੰਦਰ ਗਿੱਲ ਪਿਓਰ ਸੋਲ ਜਿਹਨੂੰ ਕਹਿੰਦੇ ਆਪਾਂ ਪੰਜਾਬੀਅਤ ਪੰਜਾਬੀਅਤ ਮੇਰਾ ਮੇਰਾ ਐਕਸਪਲੇਨ ਕਰਨ ਦਾ ਤਰੀਕਾ ਪੰਜਾਬੀਅਤ ਇਹ ਹੈ ਕਿ ਹਰ ਉਹ ਬੰਦਾ ਜਿਹਦੀ ਜ਼ਬਾਨ 'ਤੇ ਜਿਹਦੀ ਰੂਹ ਵਿੱਚ ਜਿਹਦੇ ਖੂਨ ਦੇ ਵਿੱਚ ਚੱਲਦੀ ਹੋਵੇ ਨਾ ਪੰਜਾਬੀਅਤ ਚੱਲਣ ਵਾਲੀ ਚੀਜ਼ ਉਹਨੂੰ ਪੰਜਾਬੀਅਤ ਕਹਿੰਦੇ ਚੱਲਣ ਵਾਲੀ ਚੀਜ਼ ਪੰਜਾਬੀਅਤ ਜਿਹੜੀ ਚੱਲਦੀ ਹੈ ਜਿਹੜੀ ਤੁਹਾਨੂੰ ਅਟੈਚ ਰੱਖਦੀ ਹੈ ਤੁਹਾਨੂੰ ਇਹਨਾਂ ਰੁੱਖਾਂ ਨਾਲ ਇਸ ਮਿੱਟੀ ਨਾਲ ਇਸ ਖਾਣੇ ਨਾਲ ਇਸ ਚਾਰ ਪਈਆਂ ਕਣੀਆਂ ਜਦੋਂ ਮੀਂਹ ਮਿੱਟੀ 'ਤੇ ਡਿੱਗਦੀਆਂ ਤਾਂ ਇੱਕ ਵੱਖਰੀ ਸਮੈਲ ਨਿਕਲਦੀ ਹੈ ਨਾ ਆਪਾਂ ਲੈਂਦੇ ਯਾਰ ਵੀ ਮੀਂਹ ਪਿਆ ਹੋਵੇ ਗਿਰਦੀ ਆਉਂਦੀ ਹਾਂ ਖੁਸ਼ਬੂ ਉਹਨੂੰ ਅਸੀਂ ਸਮਝ ਸਕਦੇ ਹਾਂ ਉਹਨੂੰ ਕੋਈ ਅਦਰ ਸਟੇਟ ਵਾਲਾ ਨਹੀਂ ਸਮਝ ਸਕਦਾ ਹਾਂ ਕਿਉਂਕਿ ਇਹ ਸਮੈਲ ਮੈਨੂੰ ਕਿਸੇ ਹੋਰ ਇਹ ਸੁਗੰਧ ਕਿਸੇ ਹੋਰ ਸਟੇਟ 'ਚ ਆਈ ਨਹੀਂ ਹੈਗੀ ਬੰਬੇ ਕਿਤੇ ਵੀ ਚੱਲ ਜਾਵਾਂ ਉਹ ਚਾਰ ਪਈਆਂ ਕਣੀਆਂ ਗਰਮ ਗਰਮ ਮਿੱਟੀ ਦੇ ਉੱਤੇ ਪੈ ਕੇ ਜਦੋਂ ਉਹ ਨਿਕਲਦੀ ਨਾ ਵੀ ਆਹ ਕੋਈ ਮਿੱਟੀ ਨੂੰ ਮਿੱਟੀ ਦੀ ਖੁਸ਼ਬੂ ਕਹਿੰਦੇ ਆਪਾਂ ਉਹ ਇੱਥੇ ਆਉਂਦੀ ਇੱਥੇ ਆਉਂਦੀ ਇਹ ਪੱਕੀ ਗੱਲ ਹੈ ਅੱਛਾ ਹੁਣ ਇੱਦਾਂ ਹੈ ਕਿ ਆਪਣਾ ਤੁਸੀਂ ਗਾਣੇ ਗੁਣੇ ਦਾ ਕਿਵੇਂ ਗੁਣਗਣਾਉਂਦੇ ਹੋ ਕਈ ਵਾਰ ਜਦੋਂ ਗੱਡੀ 'ਚ ਜਾਂਦੇ ਹੋ ਆਪਣੀ ਗੇੜੀ ਗੁੜੀ ਲਾਉਂਦੇ ਹੋ ਮਾੜਾ ਮੋਟਾ ਮਾਨ ਸਾਹਿਬ ਦੇ ਗਾਣੇ ਮੈਂ ਬਹੁਤ ਸੁਣੇ ਗੁਰਦਾਸ ਮਾਨ ਸਾਹਿਬ ਦੇ ਅੱਛਾ ਜੀ ਉਹਨਾਂ ਦਾ ਇੱਕ ਗਾਣਾ ਮੈਨੂੰ ਬਹੁਤ ਵਧੀਆ ਲੱਗਦਾ ਵਾ ਮਾਨ ਸਾਹਿਬ ਦਾ ਤੁਸੀਂ ਨਾਮ ਲਿਆ ਚਾਲ ਹੋ ਜੀ ਤੁਹਾਡੇ ਕੋਲ ਇੰਸਟਰੂਮੈਂਟ ਹੈਗਾ ਜੀ ਆ ਚੱਕੋ ਤੇ ਆ ਜਾਓ ਵਜਾਉਣਾ ਤੇ ਵੀ ਆਉਂਦਾ ਕੋਈ ਚੱਕਰ ਨਹੀਂ ਇਹ ਫੜ ਕੇ ਫੀਲ ਤਾਂ ਲੈ ਸਕਦੇ ਆ ਪਹਿਲਾਂ ਹਾਂ ਸਹੀ ਗੱਲ ਆ ਮੇਰੀ ਪ੍ਰਾਪਰਟੀ ਕੰਮ ਤਾਂ ਹੋ ਗਈ ਹਾਂ ਸਹੀ ਗੱਲ ਆ ਉਹਦਾ ਗਾਣਾ ਹੈਗਾ ਜੀ ਪੰਜਾਬੀ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀ ਏ ਹਾਂਜੀ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਮਿਰਡੀਆਂ ਖਿਲਾਰੀ ਤੇਰੀ ਬੁੱਲੇ ਦੀ ਕਾਫੀ ਇਹਨੇ ਕਿੰਨੇ ਤਰ੍ਹਾਂ ਲਾ ਲਿਆ ਸ਼ਿੰਗਾਰ ਉਹਨਾਂ ਨੇ ਪੰਜਾਬੀ ਜ਼ਬਾਨ ਨੂੰ ਮੁਖਾਤਬ ਕੀਤਾ ਕਿ ਪੰਜਾਬੀ ਜ਼ਬਾਨ ਨੂੰ ਇੱਕ ਮੁਟਿਆਰ ਵਜੋਂ ਉਹਨਾਂ ਨੇ ਆਖਿਆ ਕਿ ਪੰਜਾਬੀ ਜਿਹੜੀ ਜ਼ਬਾਨ ਹੈ ਨਾ ਭਾਸ਼ਾ ਇਹ ਇੱਕ ਮੁਟਿਆਰ ਹੈ ਜੀ ਹਨਾ ਤੇ ਉਹ ਕਹਿੰਦੇ ਪੰਜਾਬੀ ਇਹ ਜ਼ਬਾਨ ਹੈ ਨੀ ਰਕਾਨੇ ਰਕਾਨ ਕਹਿੰਦੇ ਜਿਹੜੀ ਸੋਹਣੀਆਂ ਕੁੜੀਆਂ ਚੋਂ ਸਭ ਤੋਂ ਸੋਹਣੀ ਸੋਹਣੀ ਹੋਵੇ ਬਾਕੀ ਨੀ ਰਕਾਨੇ ਮੇਰੇ ਦੇਸ਼ ਦੀ ਮੇਰੇ ਦੇਸ਼ ਦੀਆਂ ਬੜੀਆਂ ਬੋਲੀਆਂ ਨੇ ਪਰ ਉਹਨਾਂ ਬੋਲੀਆਂ ਦੇ ਵਿੱਚੋਂ ਜੇ ਕੋਈ ਸਿਰ ਕੱਢਵੀਂ ਬੋਲੀ ਹੈ ਨਾ ਤੂੰ ਆ ਪੰਜਾਬੀ ਜ਼ਮਾਨੇ ਨੀ ਰਕਾਨੇ ਮੇਰੇ ਦੇਸ਼ ਦੀ ਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਬਈ ਤੂੰ ਇੰਨੀ ਸੋਹਣੀ ਆ ਵੀ ਅੱਜ ਤੇਰੇ ਚਿਹਰੇ ਦੀ ਰਵਾਨਗੀ ਕਿੱਥੇ ਚੱਲ ਗਈ ਜੀ ਮਿੱਟੀਆਂ ਖਿਲਾਰੀ ਕੁੜੀਆਂ ਮਿੱਟੀਆਂ ਨੀ ਕਰਦੀਆਂ ਵੀ ਤੇਰੀਆਂ ਖਿਲਰ ਗਈਆਂ ਉਹ ਖੁੱਲ ਗਈਆਂ ਸਹੀ ਮਿੱਟੀਆਂ ਖਿਲਾਰੀ ਤੇਰੀ ਬੁੱਲੇ ਦੀ ਏ ਕਾਫੀ ਏ ਵੀ ਤੈਨੂੰ ਬੁੱਲੇ ਨੇ ਵੀ ਲਿਖਿਆ ਕਿੰਨੇ ਤੇਰਾ ਲਾ ਲਿਆ ਤੇਰੇ ਗਹਿਣੇ ਕਿੰਨੇ ਲਾ ਲਿਆ ਦੱਸ ਹੀ ਹੋਇਆ ਕੀ ਆ ਸਹੀ ਪੰਜਾਬੀ ਇਹ ਜ਼ਬਾਨੇ ਨੀਰਕਾਨੇ ਮੇਰੇ ਦੇਸ਼ ਦੀਏ ਪੰਜਾਬੀ ਇਹ ਜ਼ਬਾਨੇ ਨੀਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਨੀ ਮਿੱਡੀਆਂ ਖਿਲਾਰੀ ਤੇਰੇ ਨੀ ਬੁੱਲੇ ਦੀਏ ਕਾਫੀ ਏ ਕਿਨੇ ਤੇਰਾ ਲਾ ਲਿਆ ਸ਼ਿੰਗਾਰ ਨੀ ਪੰਜਾਬੀ ਇਹ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਵਾਹ ਜੀ ਵਾਹ ਕੀ ਬਾਤ ਹੈ ਭਾਜੀ ਸੁਪਾ ਜੀ ਕਿੱਦਾਂ ਲੱਗਿਆ ਜੀ ਅੱਜ ਮੈਨੂੰ ਤਾਂ ਬਹੁਤ ਨਜ਼ਾਰਾ ਆਇਆ ਤੁਹਾਡੇ ਨਾਲ ਗੇੜੀ ਲਾ ਕੇ ਐਂਡ ਬਹੁਤ ਵਧੀਆ ਜੀ ਬਹੁਤ ਇਹ ਗੇੜੀ ਨਾ ਇੱਕ ਦਰਸ਼ਨੀਏ ਗੇੜੀ ਹੋ ਗਿਆ ਜੀ ਹੈ ਨਾ ਨਹੀਂ ਦਰਸ਼ਨੀ ਗੇੜੀ ਨਹੀਂ ਇਹ ਚੱਕਰ ਕੀ ਇਹ ਦੋ ਪੰਜਾਬੀਆਂ ਦੇ ਜਜ਼ਬਾਤਾਂ ਦੀ ਗੇੜੀ ਤੇ ਮੈਨੂੰ ਬਹੁਤ ਚੰਗਾ ਲੱਗਿਆ ਤੇ ਮੈਂ ਇਹੀ ਦੁਆ ਕਰਦਾ ਪਰਮਾਤਮਾ ਚੜ੍ਹਦੀ ਕਲਾ 'ਚ ਰੱਖਣ ਤੁਹਾਡੀ ਸੋਚ ਨੂੰ ਅਤੇ ਜੋ ਵੀ ਤੁਸੀਂ ਜ਼ਿੰਦਗੀ 'ਚ ਅਚੀਵ ਕਰਨਾ ਚਾਹੁੰਦੇ ਹੋ ਉਹ ਸਾਰੀਆਂ ਚੀਜ਼ਾਂ ਤੁਸੀਂ ਅਚੀਵ ਕਰੋ ਜੀ ਜੀ ਬਸ ਮੇਰਾ ਤਾਂ ਇੱਕੋ ਹੀ ਹੈ ਜੀ ਵਾਈਂਡ ਅਪ ਕਰਦੇ ਹਾਂ ਇੱਕੋ ਗੱਲ ਮੈਂ ਹੱਥ ਬੰਨ ਕੇ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਨੇ ਸਾਡਾ ਗੇੜੀ ਬਲੌਗ ਵੇਖਣ ਵਾਲੇ ਉਹਨਾਂ ਨੂੰ ਮੈਂ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਵੀ ਆਪਾਂ ਹੋਰ ਸਾਰੀਆਂ ਚੀਜ਼ਾਂ ਲਈ ਟਾਈਮ ਕੱਢਦੇ ਹਾਂ
ਅਤੇ ਮੈਨੂੰ ਲੱਗਦਾ ਕਿ ਆਪਾਂ ਜਿੰਨਾ ਚਿਰ ਪੱਗ ਬੰਨਦੇ ਸ਼ੀਸ਼ੇ ਅੱਗੇ ਖਲੋ ਕੇ ਜਾਂ ਆਪਾਂ ਆਪਣਾ ਕੋਈ ਹਾਰ ਸ਼ਿੰਗਾਰ ਲਾਉਂਦੇ ਹਾਂ ਜੇ ਆਪਾਂ ਉਹਨਾਂ ਟਾਈਮ ਦੇ ਵਿੱਚੋਂ ਥੋੜ੍ਹਾ ਜਿਹਾ ਟਾਈਮ ਕੱਢ ਕੇ ਆਪਣਾ ਆਪਣਾ ਕੰਮ ਕਰਦੇ ਕਰਦੇ ਆਪਾਂ 35 ਅੱਖਰ ਹੀ ਪੜ੍ਹ ਲਿਆ ਕਰੀਏ ਉਹਨੇ ਤੋਂ ਲੈ ਕੇ ਹੈ ਨਾ 35 ਅੱਖਰ ਪੂਰੇ ਕਰ ਲਿਆ ਕਰੀਏ ਅਤੇ ਮੈਨੂੰ ਲੱਗਦਾ ਕਿ ਸਾਡੇ ਬੱਚੇ ਸਕੂਲ ਜਾਣ ਦੀ ਪਟਕਾ ਬਣ ਰਹੇ ਸੀ ਬੱਚਿਆਂ ਦੇ ਸਿਰ 'ਤੇ ਜਾਂ ਆਪਣੇ ਬੱਚਿਆਂ ਦੀ ਗੋਤਾਂ ਕਰ ਰਹੇ ਹਾਂ ਇੰਨੇ 'ਚ ਇੱਕ ਲਫ਼ਜ਼ ਤੁਸੀਂ ਬੋਲੋ ਊੜਾ ਤੁਹਾਡਾ ਬੱਚਾ ਵੀ ਊੜਾ ਬੋਲੇ ਤੁਸੀਂ ਬੋਲੋ ਐੜਾ ਉਹ ਵੀ ਐੜਾ ਬੋਲੇ ਕਿਉਂਕਿ ਜੇ ਅੱਖਰਾਂ ਦਾ ਗਿਆਨ ਨਾ ਰਿਹਾ ਊੜਾ ਕਿੱਦਾਂ ਦੀ ਬਣਤਰ ਹੈ ਐੜਾ ਬਣਤਰ ਕਿੱਦਾਂ ਦੀ ਹੈ ਈੜੀ ਬਣਤਰ ਕਿੱਦਾਂ ਦੀ ਹੈ ਲਿਖਦੇ ਕਿੱਦਾਂ ਅੱਖਰ ਕਿੱਦਾਂ ਦਾ ਆ ਏ ਬੀ ਸੀ ਜਿੱਦਾਂ ਆਪਾਂ ਕਰਦੇ ਹਾਂਜੀ ਅਤੇ ਜੇ ਇਹ ਊੜੇ ਐੜੇ ਗੁਰਮੁਖੀ ਲਿਪੀ ਪੜ੍ਹਨ ਦਾ ਗਿਆਨ ਭੁੱਲ ਗਿਆ ਸਾਨੂੰ ਅਤੇ ਸਾਨੂੰ ਜਦੋਂ ਦਿੱਲੀ ਵਾਲੇ ਜਾਂ ਹੋਰ ਅਦਰ ਸਟੇਟਸ ਵਾਲੇ ਮੈਕਸੀਮਮ ਬੰਦੇ ਪਾਠ ਇੰਗਲਿਸ਼ ਗੁਟਕਿਆਂ ਤੋਂ ਜਾਂ ਹਿੰਦੀ ਗੁਟਕਿਆਂ ਤੋਂ ਕਰਦੇ ਜੀ ਇਹ ਨਹੀਂ ਕਿ ਉਹਨਾਂ ਨੂੰ ਗੁਰਬਾਣੀ ਨਹੀਂ ਆਉਂਦੀ ਗੁਰਬਾਣੀ ਨਹੀਂ ਪੜ੍ਹਦੇ ਗੁਰਬਾਣੀ ਨਹੀਂ ਸੁਣਦੇ ਪਰ ਉਹਨਾਂ ਨੂੰ ਗੁਰਮੁਖੀ ਲਿਪੀ ਭੁੱਲ ਗਈ ਹੈ ਬਣਤਰ ਭੁੱਲ ਗਈ ਹੈ ਪੰਜਾਬੀ ਪੜ੍ਹੋ ਪੰਜਾਬੀ ਬੋਲੋ ਪੰਜਾਬੀ ਲਿਖੋ ਪੰਜਾਬੀ ਹੋਣ 'ਤੇ ਮਾਣ ਕਰੋ ਸਾਡੀ ਮਾਂ ਬੋਲੀ ਹੈ ਕਿਆ ਬਾਤ ਬਾਕੀ ਜੇ ਕੋਈ ਗਲਤ ਕਹਿ ਗਏ ਹੋ ਕਿਸੇ ਨਹੀਂ ਕਿਸੇ ਦੀ ਭਾਵਨਾ ਨੂੰ ਕੋਈ ਠੇਸ ਪਹੁੰਚੇ ਤਾਂ ਵੀ ਹੱਥ ਬੰਨ ਕੇ ਮਾਫੀ ਆ ਇੰਟੈਂਸ਼ਨਲੀ ਕਿਸੇ ਨੂੰ ਹਰਟ ਨਹੀਂ ਕੀਤਾ ਆਪਣੇ ਜਜ਼ਬਾਤ ਸ਼ੇਅਰ ਕੀਤੇ ਤੁਹਾਡੇ ਨਾਲ ਆ ਸਾਰੇ ਟਾਈਮ 'ਚ ਨਹੀਂ ਬਹੁਤ ਧੰਨਵਾਦ ਅਤੇ ਇਹ ਗੱਲ ਮੈਂ ਵੀ ਨੋਟ ਕਰਾਂਗਾ ਅਤੇ ਮੈਂ ਵੀ ਹੁਣ ਇੱਕ ਫੱਟੀ ਲੈ ਕੇ ਆਉਣੀ ਹੈ ਅੱਜ ਕੱਲ੍ਹ ਨਾ ਜਿਹਦੇ 'ਤੇ ਉੜਾ ਉੜਾ ਈੜੀ ਸੱਸਾ ਹਾਜ ਹੈ ਨਾ ਸਾਰੇ ਆਪਣੇ ਗੁਰਮੁਖੀ ਲਿਪੀ ਜਿਹੜੀ ਹੈਗੀ ਉਹ ਲਿਖੀ ਹੋਏਗੀ ਅਤੇ ਮੈਂ ਟੈਗ ਕਰਾਂਗਾ ਨਾਲੇ ਫੋਟੋ ਤੁਹਾਨੂੰ ਜ਼ਰੂਰ ਇਹ ਮੈਂ ਪੱਕਾ ਕਰਾਂਗਾ ਸੋ ਬਹੁਤ ਬਹੁਤ ਧੰਨਵਾਦ ਠੀਕ ਹੈ ਸੋ ਗੇੜੀ ਵਿਦ ਗੁਰਜੀਤ ਵਿੱਚ ਅੱਜ ਆਪਾਂ ਗੇੜੀ ਲਾਈ ਜੀ ਜਰਨੈਲ ਭਾਅ ਜੀ ਕਾਲਜ ਦੇ ਵਿੱਚ ਤਾਂ ਗੇੜੀਆਂ ਜਦੋਂ ਬੰਦਾ ਲਾਉਂਦਾ ਹੈ ਤਾਂ ਯੂ ਨੋ ਗੁਰਦੁਆਰਾ ਸਾਹਿਬ ਕੁਝ ਹੀ ਸ਼ਖਸੀਅਤਾਂ ਨੇ ਜਿਹੜੀਆਂ ਕਿ ਕਹਿੰਦੇ ਕਿ ਸਾਡੀ ਜਿਹੜੀ ਗੇੜੀ ਹੈ ਇੱਥੇ ਤੱਕ ਸੀਮਤ ਹੈ ਸੋ ਜਰਨੈਲ ਭਾਅ ਜੀ ਇਜ਼ ਵਨ ਆਫ ਦੈਮ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਬਹੁਤ ਮਿਹਰ ਕਰਨ ਜਰਨੈਲ ਭਾਅ ਜੀ ਪੰਜਾਬੀ ਫਿਲਮ ਇੰਡਸਟਰੀ ਦਾ ਜਰਨੈਲ